ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਅਸੀਂ ਇਸ ਕਿਤਾਬ ਦੇ 42 ਪੰਨੇ ਪੜ੍ਹ ਚੁੱਕੇ ਹਾਂ। ਹੁਣ ਸ਼ੁਰੂ ਕਰਦੇ ਹਾਂ। ਹੁਣ ਕੁਝ ਜਿਹੜਾ ਨਵਾਂ ਧਰਮ ਨਿਰਪੇਖਸ਼ ਹਿੰਦੂ ਹਿੰਦੀ ਹਿੰਦੁਸਤਾਨ ਨਿਰਮਿਤ ਕੀਤਾ ਜਾ ਰਿਹਾ ਹੈ, ਉਸ ਦਾ ਸ਼ਿਲਾਧਾਰ ਇੱਕ ਸਿੱਖਾਂ ਨਾਲ ਵਿਸਾਹਘਾਤ, ਦੂਜਾ ਬਹੁਗਿਣਤੀ ਦੀਆਂ ਲਘੂ ਸੰਖਿਆ ਜਾਤੀਆਂ ਉੱਤੇ ਸਾਮਰਾਜੀ ਅਧਿਕਾਰ ਸਥਾਪਿਤ ਕਰਨ ਦੀਆਂ ਤੀਬਰ ਰੁਚੀਆਂ, ਅਤੇ ਤੀਜਾ ਭਾਰਤ ਦੀ ਪੁਰਾਤਨ ਤੇ ਸਨਾਤਨ ਸੰਸਕ੍ਰਿਤੀ ਤੇ ਵਿਚਾਰਧਾਰਾ ਵੱਲ ਅਰੁਚੀ। ਇਹ ਤਿੰਨ ਸਫੁਰਤੀਆਂ ਹੀ ਹਨ। ਇਹ ਤਿੰਨੇ ਸਫੁਰਤੀਆਂ ਸਾਚੀ ਸਾਖੀ ਦੇ ਕਰਤਾ ਦੇ ਮਤ ਅਨੁਸਾਰ ਸਾਡੇ ਮਹਾਨ ਦੇਸ਼ ਹਿੰਦੁਸਤਾਨ, ਇਸ ਦੀ ਸਨਾਤਨ ਅਦੁੱਤੀਅ ਤਿੰਨ ਕਾਲ ਸਥਿਤ ਸੰਸਕ੍ਰਿਤੀ ਅਤੇ ਇਸ ਸੰਸਕ੍ਰਿਤੀ ਦੇ ਅਤਿ ਸੁੰਦਰ ਤੇ ਸੁਗੰਧਤ ਵਿਸ਼ਵ ਕਲਿਆਣਕਾਰੀ ਫੁੱਲ ਤੇ ਫਲ ਸਿੱਖ ਧਰਮ ਤੇ ਸਿੱਖ ਪੰਥ ਦੇ ਹੱਕ ਵਿੱਚ ਮੁਹਲਿਕ ਤੇ ਮਾਰੂ ਹਨ। ਵਿਸ਼ਵਾਸ ਘਾਤ ਵਰਗਾ ਘੋਰ ਪਾਪ ਸਾਡੀ ਪ੍ਰਾਚੀਨ ਸੰਸਕ੍ਰਿਤੀ ਦੀ ਵਿਚਾਰਧਾਰਾ ਦੇ ਅਨੁਸਾਰ ਹੋਰ ਕੋਈ ਨਹੀਂ। ਜਿਹੜਾ ਆਪਣਾ ਬਚਨ ਭੰਗ ਕਰੇ ਉਸਦੇ ਸਾਰੇ ਸ਼ੁਭ ਗੁਣ ਤੇ ਪੁੰਨ ਨਾਸ ਹੋ ਜਾਂਦੇ ਹਨ, ਅਤੇ ਉਸਦੀ ਨੀਚਤਾ ਅਤੇ ਆਤਮਿਕ ਪਤਨ ਦੇ ਕਾਰਨ ਧਰਤੀ ਬਾਰ ਬਾਰ ਕੰਬਦੀ ਹੈ। ਸਾਡੇ ਵਰਤਮਾਨ ਭਾਰਤ ਦੇ ਨੇਤਾ ਘੱਟ ਤੋਂ ਘੱਟ ਸਿੱਖਾਂ ਦੇ ਮਸਲੇ ਵਿੱਚ ਬਚਨ ਭੰਗ ਕਰਨਾ ਕੋਈ ਪਾਪ ਨਹੀਂ ਸਮਝਦੇ, ਅਤੇ ਇਹ ਸੂਖਮ ਤੱਤ ਸਮਝ ਨਹੀਂ ਸਕਦੇ ਕਿ ਸਿੱਖਾਂ ਨਾਲ ਕੀਤਾ ਘੋਰ ਵਿਸ਼ਵਾਸਘਾਤ ਅੰਤ ਨੂੰ ਵਿਸ਼ਵਾਸਘਾਤਕਾਂ ਦੇ ਚਰਿੱਤਰ ਦਾ ਦ੍ਰਿੜ ਲਕਸ਼ਣ ਬਣ ਕੇ ਸਾਰੇ ਦੇਸ਼ ਤੇ ਕੌਮ ਨੂੰ ਭ੍ਰਿਸ਼ਟ ਕਰ ਦੇਵੇਗਾ। ਅਧਰਮ ਸਭ ਦੁੱਖਾਂ ਦਾ ਮੂਲ ਹੈ। ਇਹ ਸਾਡੀ ਪੁਰਾਣੀ ਸਨਾਤਨ ਵਿਚਾਰਧਾਰਾ ਹੈ। ਧਰਮ ਨਿਰਪੇਖਸ਼ ਹੋਣ ਦੇ ਇਹ ਅਰਥ ਕੱਢਣੇ ਕਿ ਧਰਮ ਧੁਰਮ ਐਵੇਂ ਪੁਰਾਣੀਆਂ ਬੋਸੀਦਾ ਗੱਲਾਂ ਹਨ, ਇਸ ਤਰ੍ਹਾਂ ਅਸੀਂ ਸੁੱਖ ਸ਼ਾਂਤੀ ਦੀ ਆਸ ਕਿਵੇਂ ਰੱਖ ਸਕਦੇ ਹਾਂ? ਪਰ ਇਹੋ ਕੁਛ ਹੋ ਰਿਹਾ ਹੈ, ਜਿਹਾ ਕਿ ਸਾਚੀ ਸਾਖੀ ਵਿੱਚ ਦਿੱਤੇ ਤੱਤਾਂ ਤੋਂ ਪ੍ਰਗਟ ਹੈ। ਮੇਰੇ ਨਾਲ ਜੋ ਵਾਪਰੀ ਅਤੇ ਮੈਨੂੰ ਤਬਾਹ ਨਸ਼ਟ ਕਰਨ ਹਿੱਤ ਜੋ ਕੁਕਰਮ ਉੱਤੋਂ ਤੋਂ ਹੇਠਾਂ ਤੱਕ ਕੀਤੇ ਗਏ, ਇਹੋ ਮਨੋਵਰਤੀ ਹੀ ਸੰਨ 1975-76 ਦੀ ਐਮਰਜੈਂਸੀ ਅਤੇ ਦੇਸ਼ ਦੇ ਵਰਤਮਾਨ ਸੰਕਟ ਦੀ ਜਨਮਦਾਤਾ ਹੈ। ਕਿਸੇ ਨਾਲ ਵੀ ਧੱਕਾ ਤੇ ਅਨਿਆਂ ਕਰਨਾ, ਉਸ ਧੱਕੇ ਤੇ ਅਨਿਆਂ ਨੂੰ ਯੋਗ ਤੇ ਠੀਕ ਸਿੱਧ ਕਰਨ ਲਈ ਸਰਕਾਰ ਅਤੇ ਰਾਜ ਦੇ ਸਾਰੇ ਅੰਗਾਂ ਨੂੰ ਭ੍ਰਿਸ਼ਟ ਤੇ ਵਿਸ਼ ਭ੍ਰੰਸ਼ ਕਰ ਸੁੱਟਣਾ ਅੰਤ ਨੂੰ ਸਾਰੇ ਦੇਸ਼ ਨੂੰ ਪਤਨ ਤੇ ਨਰਕਾਂ ਵੱਲ ਹੀ ਲੈ ਜਾਏਗਾ, ਅਤੇ ਸਾਰੇ ਦੇਸ਼ ਲਈ ਤੇ ਸਾਰੀ ਕੌਮ ਦੇ ਭਵਿੱਖ ਨੂੰ ਗਿਰਾਵਟ ਵੱਲ ਧਕੇਲੇਗਾ। ਕਿਸੇ ਬਹੁਗਿਣਤੀ ਦੀ ਪੱਕੀ ਬਾਲਾਦਸਤੀ ਤੇ ਸਥਿਰ ਸਰਦਾਰੀ ਇਸ ਦਾ ਪਰਿਣਾਮ ਕਦੇ ਨਿਕਲ ਨਹੀਂ ਸਕਦਾ। 2500 ਵਰੇ ਹੋਏ ਯੂਨਾਨ ਦੇ ਵਿਧਾਨ ਆਚਾਰਿਆ ਸੋਲਨ ਨੇ ਪ੍ਰਸ਼ਨ ਕੀਤਾ ਸੀ, ਧਰਮ ਤੇ ਨਿਆਂ ਕਿਵੇਂ ਸਥਾਪਿਤ ਹੋ ਸਕਦੇ ਹਨ? ਫੇਰ ਆਪ ਹੀ ਉੱਤਰ ਦਿੱਤਾ ਸੀ, ਇਉਂ ਕਿ ਜਦੋਂ ਕਿਸੇ ਵਿਅਕਤੀ ਨਾਲ ਬੇਇਨਸਾਫ਼ੀ ਤੇ ਧੱਕਾ ਹੋਵੇ, ਸਾਰੇ ਇਹ ਸਮਝਣ ਕਿ ਇਹ ਧੱਕਾ ਸਾਡੇ ਨਾਲ ਹੀ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦਾ ਮਹਾਂਵਾਕ ਹੈ, ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਜਿੱਥੇ ਇਹ ਵਿਚਾਰਧਾਰਾ ਪ੍ਰਬਲ ਹੋਵੇ ਕਿ ਇੱਕ ਸਿੱਖ ਮਰਦਾ ਹੈ ਮਰਨ ਦਿਓ, ਉਸੇ ਸੁੱਖ ਸ਼ਾਂਤੀ ਕਿਵੇਂ ਹੋ ਸਕਦੀ ਹੈ? ਇਹ ਰੁਚੀ ਕਿ ਅਮਕੇ ਵਿਅਕਤੀ ਅਮਕੀ ਜਾਤੀ ਨੂੰ ਵਿਨਾਸ਼ ਕਰਨਾ ਹੀ ਸ੍ਰੇਸ਼ਟ ਧਰਮ ਹੈ। ਸੂਰਜ ਭਗਵਾਨ ਹਮੇ ਸ਼ੁਭ ਵਿਚਾਰ ਚਾਰੋਂ ਔਰ ਸੇ ਪ੍ਰਦਾਨ ਕਰੋ। ਘੋਰ ਦੰਭ ਤੇ ਪਾਪ ਹੈ ਜਿਹੜਾ ਕਿ ਪਾਪੀ ਨੂੰ ਹੀ ਮਾਰਨ ਲਈ ਮਹਾਬਲੀ ਹੈ। ਇਹਨਾਂ ਉਪਰੰਕਤ ਰੁਚੀਆਂ ਦੇ ਦੋ ਸਿੱਟੇ ਅਵਸ਼ ਨਿਕਲਣਗੇ, ਅਤੇ ਦੀਰਘ ਦ੍ਰਿਸ਼ਟੀ ਵਾਲੇ ਲੋਕ ਦੇਖ ਰਹੇ ਹਨ ਕਿ ਨਿਕਲ ਰਹੇ ਹਨ। ਇਹ ਦੋ ਸਿੱਟੇ ਹਨ। ਪਹਿਲਾ, ਬਹੁਗਿਣਤੀ ਜਾਤੀ ਦੇ ਹੱਥ ਆਏ ਰਾਜਸੀ ਢਾਂਚੇ ਅਤੇ ਸਦਾਚਾਰਕ ਸਰੀਰ ਦਾ ਭ੍ਰਿਸ਼ਟਿਆ ਜਾਣਾ ਤੇ ਜਰਜਰਾ ਹੋ ਕੇ ਦੇਸ਼ ਤੇ ਕੌਮ ਉੱਤੇ ਮੁਸੀਬਤਾਂ ਅਤੇ ਬਦਹਾਲੀ ਦਾ ਕਾਰਨ ਬਣਨਾ। ਦੂਜਾ, ਵਿਸ਼ਵਾਸਘਾਤ ਅਤੇ ਬਚਨ ਭੰਗ ਕਰਕੇ ਕੁਚੇਸ਼ਟਾ ਪ੍ਰੇਰਿਤ ਹੋ ਕੇ ਜੋ ਸਿੱਖਾਂ ਦੀ ਸਥਿਤੀ ਕਰ ਦਿੱਤੀ ਗਈ ਹੈ, ਉਸ ਦੇ ਪ੍ਰਣਾਮ ਰੂਪ ਸਿੱਖਾਂ ਵਿੱਚ ਧਾਰਮਿਕ ਪਤਨ, ਆਤਮਕ ਗਿਰਾਵਟ ਅਤੇ ਆਚਰਣ ਦੀ ਨਿਊਨਤਾ ਦਾ ਪ੍ਰਬਲ ਹੋ ਜਾਣਾ, ਅਤੇ ਫੇਰ ਅਜਿਹੇ ਨਸ਼ਟਾਤਮਾ ਸਿੱਖਾਂ ਰਾਹੀਂ ਹੀ ਧਰਮ ਦੀ ਗੁਲਾਮੀ ਅਤੇ ਸਮਾਜਿਕ ਮਰਿਆਦਾ ਦਾ ਵਿਨਾਸ਼ ਹੋਣਾ। ਬਹੁਗਿਣਤੀ ਦੇ ਰਾਜਸੀ ਤਾਣੇ ਬਾਣੇ ਵਿੱਚ ਪ੍ਰਵਿਰਤ ਹੋ ਚੁੱਕੀ ਗਿਰਾਵਟ ਦੀ ਸਹੁੰ
इस भूमिका विच दर्शाई आत्म कथा अते साची साखी विच प्रतिबिंबित कीती गई गाथा विच प्रतक ते भरपूर रूप विच विद्धत है। सिखां विच वापरी गिरावट दी कुछ धुंधली जही रूप रेखा चित्रण दी मंशा नाल कुछ विशेष अंतिके भी इस साची साखी दे विस्तृत रूप विच छापे जा रहे हन तां जो सारी तस्वीर उगड़ के सामने आ जावे। 27 अक्टूबर सन 1969 नूं जिहड़ी स्पीच साची साखी दे करता ने पंजाब विधानसभा विच दर्शन सिंह फेरू मान दी शहीदी दे प्रस्ताव उत्ते दित्ती ओह अंतिका सत्तवां दे रूप विच शामिल है। इस विच दित्ता विवरण ते कहानी अपने मूंह आप बोल रहे हन। इस अंतिका सत्तवें विच दित्ती स्पीच इन बिन ओह स्पीच है जो विधानसभा विच दित्ती गई सी, पर असैंबली दे दफ्तर ने जदों इह स्पीच छापी ता एक बिल्कुल नकली ते जाली स्पीच मेरे मूंह विच पा दित्ती गई। जेड़े सादा लो बंदे सरकारी लिखतां ते रिकार्डां नूं पत्थर ते लकीर अते मुसनिद समझ के सच दी खोज पड़ताल करन दे चक्कर विच पैंदे हन, उनां लई इस अंतिका वाली स्पीच दा सारा मूंह मत्था सरकारी रिकार्ड विच भन्न तोड़ के छापिया जाणा इस प्रकार दा पथ दर्शक अते चेतावनी है। राज्य सरकारां झूठ दा आसरा लए बिना चल ही नहीं सकदियां, पर आजादी मिलन पिछों इस मामले विच जो गिलानी ते झूठ प्रधानता साडे देश विच अते खास करके सिखां विच आई है ओह अपनी किस्म दी वक्री चीज है। इसे तरह अपेंडिक्स ई वाली मेरी लोकसभा वाली स्पीच विचों सरकारी पद्धर ते छापन समय एंड टू टर्न इट इन टू अ सिख क्वारंटाइन दे शब्द कढ दिते गए हैं। अंतिका अठवीं कोई हरिया बूट रहे उरी विच जो कथा बयानी हुई है उस तो सिख लीडरां दी शर्मनाक धार्मिक गिरावट बेहयाई दंभ ते कायरता अते सिख संगतां विच सिखी श्रद्धा ते आत्म समर्पण बीज रूप विच अजे भी जीवित होण दा अकट सबूत मिलता है। अंतिका नौवां सरदार दर्शन सिंह फेरू मान दी लिखती अते स्पष्ट ते दृढ़ अंतम इच्छा जिस उत्ते शहीद दे अपने हस्ताक्षर हन अते जिस उत्ते सरदार महिंदर सिंह खन्ने वालियां दे गवाह रूप विच दस्तखत हन दा उतारा है तां जो जिस निशाने दी पूर्ति लई अते जिस मंजिल दी प्राप्ति लई सरदार दर्शन सिंह फेरू मान ने शुद्ध शहीदी दित्ती ओह प्रगट ते सुरक्षित रहन अते उनां निशानियां बाबत जो भुलेखे अकालियां दी सरकार अते संत गर्दी दे पंथ विच प्रचलित होण द्वारा पए ओह पक्कियां जड़ां ना पकड़ सकन अते आउण वाले समयां विच तारीख लिखण वाले नूं कोई भुलेखा ना पै सके। इह 9 अंतिके पंजाबी विच अते 5 अंतिके ए बी सी डी अते ई अंग्रेजी विच विस्तृत साची साखी दे दूजे एडिशन दा भाग बना दिते गए हन तां जो इस पुस्तक दा विशा वस्तु अगेतर पिछेतर सब पक्खां तों सही रूप विच पाठकां दे सामने आ जावे अते ओह निश्चय कर लैण कि राजनीति सरकारां दीआं मनुखी मनोविरतियां बड़ियां गूढ़ ते पैचीदा हुंदियां हन अते सादा दिल आदमियां दे समझ आउण वालियां नहीं हुंदियां। इंद्रपूती दी रचित पुस्तक जनान सिद्धि विच अंकित है जिन्हां कर्मां दे फलस्वरूप साधारण पुरश करोड़ां वरियां लई नरकां विच प्रवेश करदा है उन्हां कर्मां दी टेक लै के ही योगी परम पद नूं प्राप्त करदा है। इह शाकत वाम मार्गी योग किरिया दा सिद्धांत है। इहो गोहिय सिद्धांत अते क्रूर रीति ते नीति सियासी लीडरां दी सरकारां चलाउण वेले अजकल साडे देश विच प्रचलित है अते इहो कूटनीति कुछ सिख लीडर भोले भाले सिखां नूं पुचलाउण अते ओझड़ पाउण लई वरतदे रहे हन। आउण वालियां नसलां इह भेत जे साची साखी नूं पढ़ विचार के समझ जाण तां इह ही इस पुस्तक दी ठीक सफलता होवेगी। मत कोई समझे कि इह सरदार कपूर सिंह अपना रोना ही रोई जांदा है जिस कहानी दा पुस्तक साची साखी दी विषय वस्तु नाल कोई सिद्धा संबंध प्रतख नहीं। जे निरी निजी दुख सुख दी कहानी ही हुंदी तद ओह तां बीत चुकी। मैं 30-32 साल
ਘੋਰ ਰਾਜਕੋਪ ਦੇ ਸ਼ਿਕਾਰ ਹੋਏ ਹੋਏ ਨੇ ਕੱਟ ਲਈ, ਬਿਨਾਂ ਆਮਦਨ ਬਿਨਾਂ ਰੋਜ਼ਗਾਰ ਬਿਨਾਂ ਕਿਸੇ ਕਮਾਈ ਕਰ ਸਕਣ ਦੇ ਲੰਘਾ ਲਏ। ਮੇਰੇ ਇਕਲੌਤੇ ਪੁੱਤਰ ਨੇ ਵਿਦੇਸ਼ਾਂ ਵਿੱਚ ਜਾ ਕੇ ਮਿਹਨਤ ਮਜ਼ਦੂਰੀ ਕਰਕੇ ਵਿਦਿਆ ਪ੍ਰਾਪਤੀ ਤੇ ਵਿਦਿਆ ਸਮਾਪਤੀ ਕਰ ਲਈ। ਮੇਰੀ ਇਸਤਰੀ ਰੋਗ ਗ੍ਰਸਤ ਅਵਸਥਾ ਵਿੱਚ ਨੌਕਰੀ ਕਰਕੇ ਘਰ ਦਾ ਰੋਟੀ ਟੁੱਕ ਚਲਾਉਂਦੀ ਰਹੀ ਅਤੇ ਇਸੇ ਤਰ੍ਹਾਂ ਗੁਰੂ ਚਰਨਾਂ ਵਿੱਚ ਜਾ ਪੁੱਜੀ। ਮੇਰੇ ਮਾਤਾ ਪਿਤਾ ਜਿਨ੍ਹਾਂ ਮੈਨੂੰ ਬੜੇ ਚਾਅ ਨਾਲ ਵੱਡੀ ਤਪੱਸਿਆ ਕਰਕੇ ਤੇ ਸੰਜਮ ਸੰਤੋਖ ਵਿੱਚ ਰਹਿ ਕੇ ਉੱਚਤਮ ਵਿਦਿਆ ਪ੍ਰਾਪਤੀ ਦੇ ਵਸੀਲੇ ਪ੍ਰਦਾਨ ਕੀਤੇ ਸਨ ਅਤੇ ਮੇਰੇ ਚੰਗੇ ਦਿਨ ਵੀ ਦੇਖੇ ਸਨ, ਮੇਰੀ ਅਧੋਗਤੀ ਨੂੰ ਦੇਖਦੇ ਦੇਖਦੇ ਹੀ ਸੰਸਾਰ ਤਿਆਗ ਗਏ। ਕਿਸੇ ਨੇ ਮੇਰੇ ਨਾਲ ਹੋਏ ਧੱਕੇ ਵੱਲ ਗੋਹ ਨਾ ਕੀਤਾ ਅਤੇ ਕਿਸੇ ਥਾਂ ਤੋਂ ਮੈਨੂੰ ਇਨਸਾਫ ਨਾ ਮਿਲਿਆ, ਪਰ ਮੇਰੀ ਸਿੱਧਕ ਸਬੂਰੀ ਗੁਰੂ ਨੇ ਨਿਭਾ ਦਿੱਤੀ, ਅੱਗੇ ਨੂੰ ਵੀ ਨਿਭਾ ਦੇਵੇ। ਕੱਟ ਗਈ ਰਾਤ ਔਰ ਰਹਿ ਗਈ ਬਾਤ, ਤੁਮ ਨਾ ਆਏ ਤੋ ਕਿਆ ਸਹਿਰ ਨਾ ਹੋਈ। ਹੁਣ ਆਪਣੇ ਜੀਵਨ ਦੇ ਉਤਰਾਰਦ ਦੀਆਂ ਸੰਝਾਂ ਵੇਲੇ ਮੈਂ ਆਪਣਾ ਨਿੱਜੀ ਦੁੱਖ ਚਿਤਾਰ ਕੇ ਕਿਉਂ ਕਿਸੇ ਦਾ ਸਮਾਂ ਖਰਾਬ ਕਰਨਾ ਹੈ। ਬਹੁ ਬੀਤੀ ਥੋੜੀ ਰਹੀ, ਛਿੰਨ ਛਿੰਨ ਗਈ ਵਿਹਾਏ, ਏਕ ਘੜੀ ਕੇ ਕਾਰਨੇ ਮਤ ਕਲੰਕ ਲੱਗ ਜਾਏ। ਪਰ ਇਹ ਆਤਮਕਥਾ ਜੋ ਮੈਂ ਇਸ ਭੂਮਿਕਾ ਦਾ ਭਾਗ ਬਣਾਈ ਹੈ, ਇਹ ਕਮਿਊਨਲ ਅਵਾਰਡ ਦਾ ਪਰਤੋ ਵੀ ਹੈ ਅਤੇ ਇਸ ਕਮਿਊਨਲ ਅਵਾਰਡ ਦੇ ਸਿਧਾਂਤਾਂ, ਇਸ ਦੀਆਂ ਨੀਹਾਂ ਤੇ ਨਤੀਜਿਆਂ ਉੱਤੇ ਭਰਪੂਰ ਰੋਸ਼ਨੀ ਵੀ ਪਾਉਂਦੀ ਹੈ। ਫਿਰ ਦਵਸੀ ਨੇ ਆਪਣੇ ਮਹਾਨ ਗ੍ਰੰਥ ਸ਼ਾਹਨਾਮਾ ਬਾਬਤ ਕਿਹਾ ਸੀ ਕਿ ਮੈਂ ਇਸ ਗ੍ਰੰਥ ਨੂੰ ਸੰਪੂਰਨ ਕਰਨ ਲਈ 30 ਸਾਲ ਬੜੇ ਦੁੱਖ ਤੇ ਕਠਿਨਾਈਆਂ ਝੱਲੀਆਂ, ਪਰ ਮੈਂ ਆਪਣੇ ਦੇਸ਼ ਤੇ ਪੂਰਵਜਾਂ ਦੀ ਪੁਰਾਤਨ ਬੋਲੀ ਅਤੇ ਕਾਰਨਾਮੇ ਉਜਾਗਰ ਕਰ ਦਿੱਤੇ ਹਨ। ਇਹ ਸੰਕੁਚਿਤ ਆਤਮਕਥਾ ਜਿਹੜੀ ਇਸ ਭੂਮਿਕਾ ਵਿੱਚ ਦਰਜ ਕੀਤੀ ਗਈ ਹੈ, ਇਸ ਦੀ ਕੁੱਲ ਤੇ ਜਾਤ ਉਹ ਸਮਝਣੀ ਚਾਹੀਏ ਜੋ ਸ਼ਾਹਨਾਮਾ ਦੀ ਹੈ। ਇਹ ਕੁਰਾਨ ਸ਼ਰੀਫ ਦੇ ਮਾਇਨੇ ਨੇ ਜਿਹੜੇ ਸ਼ੀਅਰ ਮੀਆਂ ਵਾਰਿਸ ਸ਼ਾਹ ਦੇ ਨੇ। ਮੁੱਖ ਬੰਦ ਡਾਕਟਰ ਗੰਡਾ ਸਿੰਘ MA PhD। ਸਰਦਾਰ ਕਪੂਰ ਸਿੰਘ ਜੀ ਨੇ ਸਾਚੀ ਸਾਖੀ ਦਾ ਇਹ ਲੇਖ ਪਹਿਲੋਂ ਪਹਿਲ ਕਮਿਊਨਲ ਅਵਾਰਡ ਦੇ ਸਿਰਲੇਖ ਹੇਠ ਮੇਰੀ ਬੇਨਤੀ ਪਰ ਭਾਈ ਜੋਧ ਸਿੰਘ ਅਭਿਨੰਦਨ ਗ੍ਰੰਥ ਲਈ ਸੰਨ 1962 ਦੇ ਲਗਭਗ ਲਿਖਿਆ ਸੀ, ਪਰ ਇਸਦਾ ਆਕਾਰ ਅੰਦਾਜ਼ੇ ਨਾਲੋਂ 8-10 ਗੁਣਾ ਵੱਧ ਗਿਆ ਸੀ, ਜਿਸ ਕਰਕੇ ਇਹ ਉੱਥੇ ਛਪਣੋਂ ਰਹਿ ਗਿਆ। ਪਰ ਇਹ ਇੱਕ ਬਹੁਮੁੱਲਾ ਲੇਖ ਸੀ। ਇਸ ਨਾਲ ਇੱਕ ਤਾਂ ਇਸ ਵਿੱਚ ਬਹੁਤ ਸਾਰੇ ਇਤਿਹਾਸਕ ਵਾਕਿਆਤ ਦੇ ਵੇਰਵੇ ਚੌਖੇ ਵਿਸਥਾਰ ਨਾਲ ਆ ਗਏ ਸਨ, ਜੋ ਅੱਗੇ ਕਿਸੇ ਵਾਕਿਫਕਾਰ ਦੇ ਅੱਖੀ ਡਿੱਠੇ ਹਾਲਾਤ ਦੀ ਸੂਰਤ ਵਿੱਚ ਸਪਸ਼ਟ ਤੌਰ ਤੇ ਪ੍ਰਗਟ ਨਹੀਂ ਸੀ ਹੋਏ। ਦੂਸਰੇ ਚੌਖੇ ਸਮੇਂ ਤੋਂ ਹੋ ਰਹੇ ਰਾਜਸੀ ਪ੍ਰਾਪੋਗੰਡੇ ਦੇ ਤੂਫਾਨਾਂ ਨਾਲ ਉਹਨਾਂ ਪਰ ਪਈ ਹੋਈ ਕੂੜ ਦੀ ਧੂੜ ਉੱਡ ਗਈ ਸੀ ਅਤੇ ਸਾਚੀ ਸਾਖੀ ਸੰਸਾਰ ਦੇ ਸਾਹਮਣੇ ਆ ਜਾਣ ਦਾ ਮੌਕਾ ਬਣ ਗਿਆ। ਇਸ ਲਈ ਇਸ ਲੇਖ ਨੂੰ ਇੱਕ ਵੱਖਰੀ ਪੁਸਤਕ ਦੀ ਸੂਰਤ ਵਿੱਚ ਪ੍ਰਕਾਸ਼ਿਤ ਕਰਨ ਦਾ ਵਿਚਾਰ ਕੀਤਾ ਗਿਆ, ਜੋ ਹੁਣ 10 ਵਰ੍ਹਿਆਂ ਤੋਂ ਬਾਅਦ ਸਿਰੇ ਚੜਿਆ ਹੈ। ਇਹ ਵਾਰਤਾ 1932 ਵਿੱਚ ਬਰਤਾਨੀਆ ਸਰਕਾਰ ਵੱਲੋਂ ਦੇਸ਼ ਦੇ ਰਾਜਸੀ ਹੱਲ ਲਈ ਦਿੱਤੇ ਗਏ ਕਮਿਊਨਲ ਅਵਾਰਡ ਦੀ ਕਹਾਣੀ ਹੀ ਨਹੀਂ, ਸਗੋਂ ਹਿੰਦੁਸਤਾਨ ਦੇ ਵੱਖ ਵੱਖ ਧਾਰਮਿਕ ਫਿਰਕਿਆਂ ਵਿੱਚ ਖਿੱਚੋ ਤਾਣ ਅਤੇ ਉਹਨਾਂ ਦੀਆਂ ਵੱਖੋ ਵੱਖਰੀਆਂ ਰਾਜਸੀ ਮੰਗਾਂ ਦੇ ਪਿਛੋਕੜ ਪਰ ਵੀ ਚੌਖਾ ਚਾਨਣਾ ਪਾਉਂਦੀ ਹੈ ਅਤੇ ਉੱਤਰੀ ਹਿੰਦੁਸਤਾਨ ਵਿੱਚ ਮੁਸਲਮਾਨਾਂ ਦੇ ਨਕਸ਼ਬੰਦੀ ਫਿਰਕੇ ਵੱਲੋਂ ਗੈਰ ਮੁਸਲਮਾਨਾਂ ਵਿਰੁੱਧ ਫੈਲਾਈ ਅਤੇ ਭੜਕਾਈ ਗਈ ਨਫ਼ਰਤ ਦੀ ਅੱਗ ਵੱਲ ਵੀ ਇਸ਼ਾਰਾ ਕਰਦੀ ਹੈ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਮੁੱਖ ਕਾਰਨ ਸੀ ਅਤੇ ਜਿਸ ਨੇ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਬਾਅਦ ਵਿੱਚ ਹੋਈਆਂ ਰਾਜਸੀ ਟੱਕਰਾਂ ਦਾ ਮੁੱਢ ਬੱਧਾ। ਦੂਸਰੇ ਪਾਸੇ ਹਿੰਦੂਆਂ ਦੇ ਮਨਾਂ ਵਿੱਚ ਆਪਣੇ ਸੰਬੰਧੀ ਸ੍ਰੇਸ਼ਟਤਾ ਦੇ ਵਹਿਮ ਅਤੇ ਮੁਸਲਮਾਨਾਂ ਦੇ ਵਿਰੁੱਧ ਨਫ਼ਰਤ ਅਤੇ ਸਦਭਾਵਨਾ ਦੀ ਅਣਹੋਦ ਸੀ, ਜਿਸ ਕਰਕੇ ਦੋਨੋਂ ਪਾਸੇ ਅੱਤ ਦੀ ਬੇਇਤਬਾਰੀ ਸੀ ਅਤੇ ਉਹ ਰਾਜਸੀ ਤੌਰ ਤੇ ਇਕੱਠੇ ਨਹੀਂ ਸਨ ਰਹਿ ਸਕਦੇ। ਮੁਸਲਮਾਨਾਂ ਨੂੰ ਖਿਆਲ ਸੀ ਕਿ ਹਿੰਦੂ ਬਹੁ ਗਿਣਤੀ ਉਹਨਾਂ ਦੀ ਇਸਲਾਮੀਅਤ ਨੂੰ ਹੌਲੀ ਹੌਲੀ ਦਬਾਈ ਜਾਣਾ ਅਤੇ ਅੰਤ ਖਤਮ ਕਰਨਾ ਚਾਹੁੰਦੀ ਹੈ, ਜਿਸ ਨਾਲ ਉਹਨਾਂ ਦੀ ਵੱਖਰੀ ਹੋਂਦ ਨੂੰ ਬੜਾ ਭਾਰੀ ਖਤਰਾ ਹੈ। ਇਸ ਖਿਆਲ ਦੀ ਪੁਸ਼ਟੀ ਹਿੰਦੂ ਮਹਾਸਭਾ ਅਤੇ ਹਿੰਦੂ ਰਾਸ਼ਟਰੀ ਸਵਯਮ ਸੇਵਕ ਸੰਘ ਆਦਿ ਦੇ ਆਗੂਆਂ ਦੇ ਭੜਕਾਊ ਪਾਸ਼ਨਾ ਅਤੇ ਇਹਨਾਂ ਦੇ ਮੈਂਬਰਾਂ ਦੀ ਨਿੱਤ ਦੀਆਂ ਡਰਾਊ ਅਤੇ ਡਰਾਉਣੀਆਂ ਕਾਰਵਾਈਆਂ ਅਤੇ ਫਿਰਕਾਦਾਰਨਾ ਫਸਾਦਾਂ ਤੋਂ ਹੁੰਦੀ ਸੀ।
ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਵੀ ਬਹੁਤ ਗਿਣਤੀ ਅਤੇ ਸਿਰਕੱਢ ਲੀਡਰੀ ਹਿੰਦੂਆਂ ਦੀ ਹੀ ਸੀ ਅਤੇ ਸਿੱਖ ਵੀ ਆਮ ਤੌਰ ਤੇ ਹਿੰਦੂਆਂ ਦਾ ਹੀ ਪੱਖ ਪੂਰਦੇ ਰਹਿੰਦੇ ਸਨ। ਕਾਂਗਰਸ ਵਾਲੇ ਵੀ ਮੁਸਲਮਾਨਾਂ ਨੂੰ ਉਹਨਾਂ ਦੇ ਰਾਜਸੀ ਹੱਕਾਂ ਦੀ ਪੂਰੀ ਪੂਰੀ ਰਾਖੀ ਦਾ ਯਕੀਨ ਨਹੀਂ ਸੀ ਦਵਾ ਸਕੇ। ਇਸ ਕਰਕੇ ਮੁਸਲਿਮ ਲੀਗ ਦੇ ਆਗੂ ਦੇਸ਼ ਵਿੱਚ ਮੁਸਲਿਮ ਬਹੁਤ ਗਿਣਤੀ ਵਾਲੇ ਹਿੱਸਿਆਂ ਵਿੱਚ ਮੁਸਲਿਮ ਰਾਜ ਦੀ ਮੰਗ ਪਰ ਅੜ ਗਏ ਅਤੇ ਅੰਤ ਇਸ ਦੇ ਸਾਹਮਣੇ ਅੰਗਰੇਜ਼ੀ ਸਰਕਾਰ ਨੂੰ ਝੁਕਣ ਤੋਂ ਬਗੈਰ ਹੋਰ ਕੋਈ ਚਾਰਾ ਨਾ ਰਹਿ ਗਿਆ। ਇਸ ਦੇ ਨਾਲ ਹੀ ਇੱਕ ਹੋਰ ਵੱਡੀ ਗੱਲ ਸੀ ਜਿਸ ਨਾਲ ਕਿ ਮੁਸਲਮਾਨ ਅੰਦਰੋਂ ਕੁੜ ਰਹੇ ਸਨ। ਉਹ ਸੀ ਕਿ ਕਿਰਾੜ ਲੋਕ ਉਹਨਾਂ ਨੂੰ ਹੌਲੀ ਹੌਲੀ ਆਰਥਿਕ ਤੌਰ ਤੇ ਖਾਈ ਜਾ ਰਹੇ ਸਨ। ਦਿਨੋ ਦਿਨ ਉਹਨਾਂ ਦੀਆਂ ਜ਼ਮੀਨਾਂ ਅਤੇ ਮਕਾਨ ਕਰਜ਼ਿਆਂ ਦੀ ਅਦਾਇਗੀ ਦੀ ਔਖਿਆਈ ਕਰਕੇ ਖੁਸਦੇ ਜਾ ਰਹੇ ਸਨ ਅਤੇ ਮੁਸਲਮਾਨ ਹੋਰ ਗਰੀਬ ਹੁੰਦੇ ਜਾ ਰਹੇ ਸਨ। ਦੂਸਰੇ ਪਾਸੇ ਉਹਨਾਂ ਦੇ ਖੋਲਿਆਂ ਦੀ ਥਾਂ ਹਿੰਦੂ ਸ਼ਾਹੂਕਾਰਾਂ ਦੀਆਂ ਵੱਡੀਆਂ ਵੱਡੀਆਂ ਹਵੇਲੀਆਂ ਉਸਾਰੀਆਂ ਹੋਈਆਂ ਸਨ, ਜਿਸ ਨੂੰ ਦੇਖ ਕੇ ਮੁਸਲਮਾਨ ਹਲਵਾਹਾਂ ਦੇ ਦਿਲ ਵਿੱਚ ਕੀ ਗੁਜ਼ਰ ਰਿਹਾ ਸੀ ਅਤੇ ਉਹ ਕਿਵੇਂ ਸੋਚ ਰਹੇ ਸਨ, ਇਸ ਦਾ ਕੁਝ ਕੁ ਅੰਦਾਜ਼ਾ ਲੈਂਦੇ ਪੰਜਾਬ ਦੇ ਜੰਗਲ ਦੇ ਇਲਾਕੇ ਦੇ ਦੋ ਬੰਦਿਆਂ ਦੀ ਆਪਸ ਵਿੱਚ ਦੀ ਗੱਲਬਾਤ ਤੋਂ ਹੋ ਸਕਦਾ ਹੈ, ਜੋ ਲਾਇਲਪੁਰ ਦੇ ਬਾਜ਼ਾਰ ਵਿੱਚ, ਜਿਸ ਦਾ ਨਾਂ ਮੈਨੂੰ ਯਾਦ ਨਹੀਂ, ਡਾਕਟਰ ਫੌਜਾ ਸਿੰਘ ਜੀ ਦੀ ਦੁਕਾਨ ਤੋਂ ਥੋੜਾ ਜਿਹਾ ਅੱਗੇ ਮੈਂ ਚੜ੍ਹਦੇ ਚਾਲੀਏ ਵਿੱਚ ਸੁਣੀ ਸੀ, ਜਦੋਂ ਕਿ ਉਹ ਇੱਕ ਹਿੰਦੂ ਦੇ ਬੜੇ ਵੱਡੇ ਚੌੜੇ ਦਰਵਾਜ਼ੇ ਵਾਲੇ ਮਕਾਨ ਦੇ ਸਾਹਮਣੇ ਖੜੋਤੇ ਹੈਰਾਨ ਹੋ ਕੇ ਗੱਲਾਂ ਕਰ ਰਹੇ ਸਨ। ਕੇਵਲ ਦੋ ਤਿੰਨ ਫਿਕਰੇ ਹੀ ਮੇਰੀ ਕੰਨੀ ਪਏ ਸਨ, ਜੋ ਇਸ ਤਰ੍ਹਾਂ ਸਨ। ਇੱਕ, ਹਾਂ ਵੇਖ ਨਾ ਨੂਰ ਮੁਹੰਮਦਾ, ਇਹਨਾਂ ਕਿਰਾੜਾ ਦੀਆਂ ਕਿਹੜੀਆਂ ਹਵੇਲੀਆਂ ਨੇ। ਦੂਜਾ, ਕੇ ਆਖਣਾ ਵਾ ਖੁਦਾ ਬਖਸਾ, ਇਹਨਾਂ ਮਾੜੀਆਂ ਤੇ ਅਸਾਂ ਹੀ ਢੋਲੇ ਗਾਵਣੇ ਨੇ, ਇਹਨਾਂ ਭੱਜ ਵੰਜਣਾ ਏ। ਹੋ ਸਕਦਾ ਹੈ ਇਹਨਾਂ ਨੇ ਕਿਧਰੇ ਕੁਝ ਮੁਸਲਮਾਨਾਂ ਵਕੀਲਾਂ ਜਾਂ ਲੀਡਰਾਂ ਨੂੰ ਗੱਲਾਂ ਕਰਦੇ ਤੇ ਕੁਝ ਗੋਂਦਾ ਗੁੰਦਦੇ ਸੁਣਿਆ ਹੋਵੇ, ਜਾਂ ਇਸਲਾਮੀਆ ਕਾਲਜ ਅਤੇ ਗਵਰਨਮੈਂਟ ਕਾਲਜ ਲਾਹੌਰ ਲੀਗੀ ਵਿਦਿਆਰਥੀਆਂ ਦੇ ਮਾਲ ਮੰਡੀਆਂ ਅਤੇ ਮੇਲਿਆਂ ਪਰ ਭਾਸ਼ਣ ਸੁਣੇ ਹੋਏ ਹੋ। ਪੰਜਾਬ ਸਰਹੰਦੀ ਸੂਬੇ, ਬਲੋਚਿਸਤਾਨ ਅਤੇ ਸਿੰਧ ਨੂੰ ਇੱਕ ਇਸਲਾਮੀ ਰਾਜ ਵਿੱਚ ਸੰਗਠਿਤ ਕਰਨ ਦਾ ਖਿਆਲ ਪਹਿਲੋਂ ਪਹਿਲ ਸੰਨ 1930 ਵਿੱਚ ਡਾਕਟਰ ਸਰ ਮੁਹੰਮਦ ਇਕਬਾਲ ਨੇ ਮੁਸਲਿਮ ਲੀਗ ਦੇ ਸਾਹਮਣੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਦਿੱਤਾ ਸੀ, ਜਿਸ ਨੂੰ ਮੁਸਲਿਮ ਲੀਗ ਅਤੇ ਮੁਸਲਮਾਨਾਂ ਦੀ ਬਹੁ ਗਿਣਤੀ ਨੇ ਆਪਣੇ ਇੱਕ ਨਿਸ਼ਚਿਤ ਆਦਰਸ਼ ਦੇ ਤੌਰ ਤੇ ਅਪਣਾ ਲਿਆ ਅਤੇ ਲੀਗ ਦੇ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਸਾਹਿਬ ਨੇ ਇਸ ਨੂੰ ਆਪਣਾ ਜੀਵਨ ਮਨੋਰਥ ਬਣਾ ਲਿਆ ਅਤੇ ਇਸ ਪਰ ਡਟ ਗਏ ਸਨ ਅਤੇ ਅੰਤ ਉਹ ਸਫਲ ਹੋ ਗਏ। ਕਮਿਊਨਲ ਅਵਾਰਡ ਤੋਂ ਪਹਿਲਾਂ ਸੰਨ 1928 ਵਿੱਚ ਹਿੰਦੁਸਤਾਨ ਆਏ ਸਾਈਮਨ ਕਮਿਸ਼ਨ ਦੇ ਲਾਹੌਰ ਪੁੱਜਣ ਸਮੇਂ ਦੇ ਮੁਜ਼ਾਰਿਆਂ ਦਾ ਜ਼ਿਕਰ ਕਰਦੇ ਹੋਏ ਸਰਦਾਰ ਕਪੂਰ ਸਿੰਘ ਨੇ ਆਪਣੇ ਅੱਖੀ ਡਿੱਠੇ ਹਾਲ ਲਿਖੇ ਹਨ। ਇਸ ਵਿੱਚ ਉਹਨਾਂ ਨੇ ਇਹ ਗੱਲ ਸਪਸ਼ਟ ਕਰਕੇ ਕਹੀ ਹੈ ਕਿ 31 ਅਕਤੂਬਰ 1928 ਦੇ ਜਲੂਸ ਵਿੱਚ ਮਿਸਟਰ ਸਕਾਟ ਵੱਲੋਂ ਲਾਲਾ ਲਾਜਪਤ ਰਾਏ ਪਰ ਲਾਠੀਆਂ ਦੀ ਮਾਰ ਦਾ ਜੋ ਇਲਜ਼ਾਮ ਲਾਇਆ ਗਿਆ ਸੀ ਉਹ ਉਸ ਵੇਲੇ ਉੱਥੇ ਮੌਜੂਦ ਹੀ ਨਹੀਂ ਸੀ, ਬਲਕਿ ਦੂਰ ਪਰੇ ਰੇਲਵੇ ਸਟੇਸ਼ਨ ਪਰ ਸੀ। ਉਸ ਮੌਕੇ ਤੇ ਬੈਂਤ ਦੀ ਸੋਟੀ DIG ਪੁਲਿਸ ਮਿਸਟਰ ਹੈਮਿਲਟਨ ਹਾਰਡਿੰਗ ਨੇ ਕੇਵਲ ਹਵਾ ਵਿੱਚ ਘੁਮਾਈ ਸੀ, ਜੋ ਇੱਕ ਵਾਰ ਲਾਲਾ ਜੀ ਦੀ ਖੁੱਲ੍ਹੀ ਛਤਰੀ ਉੱਤੇ ਜਾ ਲੱਗੀ ਸੀ। ਕਿਸੇ ਸਿਪਾਹੀ ਨੇ ਤਾਂ ਕੋਈ ਲਾਠੀ ਉਲਾਰੀ ਵੀ ਨਹੀਂ ਸੀ, ਪਰ ਇਸ ਨੂੰ ਇੱਕ ਬੜਾ ਬਤੰਗੜ ਬਣਾ ਲਿਆ ਗਿਆ ਅਤੇ ਲਾਠੀਆਂ ਦੀ ਮਾਰ ਦਾ ਨਾਂ ਦਿੱਤਾ ਗਿਆ ਸੀ ਅਤੇ ਲਾਲਾ ਜੀ ਦੀ ਮੌਤ ਨੂੰ ਪੁਲਿਸ ਦੀਆਂ ਲਾਠੀਆਂ ਦੀ ਮਾਰ ਦੇ ਕਾਰਨ ਹੋਈ ਦੱਸਿਆ ਗਿਆ। ਅਸਲ ਵਿੱਚ ਲਾਲਾ ਜੀ ਦੀ ਮੌਤ 17 ਨਵੰਬਰ ਨੂੰ ਦਿਲ ਫੇਲ ਹੋ ਜਾਣ ਕਰਕੇ ਹੋਈ। ਇੱਥੇ ਇਹ ਗੱਲ ਲਿਖ ਦੇਣੀ ਕੁਥਾਵੇ ਨਹੀਂ ਹੋਵੇਗੀ ਕਿ ਇੱਥੇ ਕਈ ਵਾਰ ਅੰਗਰੇਜ਼ ਕੂੜੇ ਪ੍ਰਾਪੋਗੰਡੇ ਦੇ ਕਾਰਨ ਬੇਗੁਨਾਹ ਹੀ ਬਦਨਾਮ ਹੋਏ ਹਨ। ਬੇਲਾਗ ਅਤੇ ਠੰਡੇ ਦਿਲ ਨਾਲ ਸੋਚਿਆ ਜਾਏ ਤਾਂ ਇਹ ਸੱਚਾਈ ਪ੍ਰਵਾਨ ਕਰਨੀ ਪਵੇਗੀ ਕਿ ਅੰਗਰੇਜ਼ ਨਾ ਤਾਂ ਫਿਤਰਤੀ ਤੌਰ ਤੇ ਅਤਿਆਚਾਰੀ ਹੀ ਹਨ ਅਤੇ ਨਾ ਹੀ ਝੂਠੇ ਤੇ ਮਕਾਰ। ਨਿੱਜੀ ਤੌਰ ਤੇ ਅੰਗਰੇਜ਼ ਦੁਨੀਆਂ ਦੀਆਂ ਹੋਰ ਅਨੇਕ ਕੌਮਾਂ ਨਾਲੋਂ ਜ਼ਿਆਦਾ ਸੱਚੇ, ਸਾਫ ਗੋ ਅਤੇ ਇਤਬਾਰੀ ਹਨ, ਪਰ ਚੂੰਕਿ 31 ਅਕਤੂਬਰ ਦੇ ਜਲੂਸ ਵੇਲੇ ਪੁਲਿਸ ਪ੍ਰਬੰਧ ਦਾ ਇੰਚਾਰਜ ਮਿਸਟਰ ਸਕਾਟ ਸੀ, ਇਸ ਕਰਕੇ ਪ੍ਰਾਪੋਗੰਡਾ ਬਹੁਤਾ ਉਸੇ ਦੇ ਵਿਰੁੱਧ ਹੋਇਆ ਅਤੇ ਸਰਦਾਰ ਭਗਤ ਸਿੰਘ ਜਾਂ ਉਸਦੇ ਇੱਕ ਸਾਥੀ ਨੇ ਮਿਸਟਰ ਸਕਾਟ ਦੇ ਭੁਲੇਖੇ ਵਿੱਚ ਬੇਗੁਨਾਹ ਮਿਸਟਰ ਸਾਂਡਰਸ ਨੂੰ ਮਾਰ ਦਿੱਤਾ।
आम ख्याल यह ही है कि सानरस मरिया तो भगत सिंह के साथी की गोली नाल सी, पर फड़े जाण पर उसने सारी जिम्मेवारी अपने सिर लै ली सी अते फांसी चढ़ गया सी। भगत सिंह नू इस गल का अफसोस ही रहा कि फांसी चढ़न तो पहला ओह अमृत ना छक सकिया जिस दी उसने अंतिम इच्छा की सी। भाई रणधीर सिंह उन्हीं दिनी लाहौर जेल तो रिहा होने वाले सन। 1930 दे नवंबर विच होई गोल मेज कानफ्रेंस वेले महाराजा भुपिंदर सिंह पटियाले की बड़ी प्रबल इच्छा सी कि वह देश की बदल रही हालत विच सिखां दी कोई सेवा कर सकन अते ओहो उस समय अपनी बनी हुई राजसी प्रभुता अते बरतानवी सरकार नाल कायम होए हुए असर रसूख नाल शायद बहुत कुछ कर भी जांदे, पर मास्टर तारा सिंह जी उना दी शोभा नू जार ना सके अते सरकार अंग्रेजी मास्टर जी नू इस कॉन्फ्रेंस पर बुलाने लई तैयार नहीं सी। इस तरह एक चंगा मौका हथों खुस गया। इसे तरह दूजी कॉन्फ्रेंस वेले भी कोई दूर दी ना सोची गई। जब 16 अगस्त 1932 नू इंग्लैंड दे प्राइम मिनिस्टर मिस्टर रैमसे मैकडॉनल्ड वालों कम्यूनल अवार्ड का ऐलान कर दिता गया तो मुसलमान आगुआ ने ना ना करद्या इसनू प्रवान कर लिया। महात्मा गांधी जी ने भुख हड़ताल दे हथियार नाल अछूता नू हिंदुआ का अटुट हिस्सा मनवा लिया अते एह सूझवान नीति अपनाई रखी कि जो मिलता है उस तो ना ना करो अते होर मंगा लई एक तड़ा ता धमकियां अते डरावे दे ही जाए अते दूसरा गलबात नाल समझौते का राह ना छटे। पर सिखां दे गर्म अकाली धड़े ने आप फोके दम गजिया अते जयकारियां तो वध कुछ ना किता अते सारा जोर ठंडे विचारवान नीतगां नू जो कुछ कर सकन योग सन पंडण अते नेथल करन पर ला दिता अते कुछ करन जोगे ना छड्या। इह एक ऐसी हिरदे वेदक गल है जो पिछले 50 वरियां तो मुड़ मुड़ दोहराई जा रही है अते सिख आगू गुरु अते संगत दी हजूरी विच अरदास करके भी पूरे नहीं उतर सके। सरदार कपूर सिंह जी ने इस साची साखी विच इस लुके हुए भेत तो भी पर्दा लाया है कि कम्यूनल अवार्ड के विरोध विच जे किधरे सिख लीडर थोड़ी जही कुर्बानी कर गुजरदे तो पंजाब इस दी मार तो बच जाता अते नवी गलबात विच इस दा नक्शा अते इतिहास होर ही हो जाता। इस दे पिछों कैबिनेट मिशन वेले अते देश दे वंडारे तो पहला भी अंग्रेज सरकार अते जिनाह साहिब सिख आगुआ नाल समझौता करन लई तैयार सन। कोई वड्डी गल नहीं सी कि आपस विच गलबात करन नाल कोई अजिहा हल निकल आउंदा जो हिंदुआं सिखां अते मुसलमानां नूं मंजूर हो जांदा जिस नाल अनंत सिखां अते मुसलमानां दीआं जानां एवें ही जाया होण बच जांदियां। सिखां दीआं अरबां रुपयां दीआं जमीनां अते जायदादां भी ना खुसदियां ना घर घाट उजड़दे अते ना ही सारी राजसी हालत विगड़दी। बदकिस्मती की गल यह सी कि इस वेले राजसी उदेड़ बुण विच सिख आगुआ दे एक ख्याल अते एक मुठ ना होण दे कारण जो एक घट गिणती की जमात लई अति जरूरी सी ना हिंदू इन्हां पर इतबार कर रहे सन ना मुसलमान। हिंदू यह समझते सन कि सिख किधरे मुसलमाना नाल रल के उन्हां दा पासा भारी ना कर देन इसलिए ओह इन्हां नूं लारा लप्पा लाई अते फर्जी सब्ज बाग दिखांदे गए जिस करके ओह मुसलमाना नाल कोई सिद्धी अते स्पष्ट गल ना कर सके। मुसलमाना नूं इह ख्याल सी कि अंत इन्हां ने हिंदुआं नाल रल जाना है इसलिए ओह कोई स्पष्ट गल करके अपने आप नूं फसाउणा नहीं सन चाहुंदे। जे किते सिख मुसलमाना नूं यकीन दुआ दिंदे कि ओह अपने आप नूं एक सुतंत्र ते निरपक्ष इकाई दे तौर ते देश दे राजसी खेतर विच विचरना चाहुंदे हन तां मुसलमाना दे मन विच इतना तुड़कू नहीं सी पैना। भोले सिखां नूं ख्याल सी कि जो वायदे उन्हां नूं कांग्रसी हिंदू लीडर दे रहे हन ओह बहुत कुछ पूरे कर दिते जाणगे। उन्हां नूं इह गल भुल गई सी कि पॉलिटिशियन किसी एक असूल वायदे अते बचन नाल बद्धे होए नहीं रहिंदे। पॉलिटिक्स नाउं ही बहुते टिक्कां दा है जिवें कि खूह विच डिग्गियां डोल बाल्टियां आदि चीज़ां नूं कढ़न वाला कुंडियां दा जाल हुंदा है जिसदा कि जेड़ा भी कुंडा कम आ जावे ओह ही पॉलिटिशियन लोग राजसी नीतक वरत लैंदे हन। इह ही गल हिंदू पॉलिटिशनियां ने कीती
ਉਸ ਵੇਲੇ ਤਾਂ ਹਰ ਪ੍ਰਕਾਰ ਦੇ ਝੂਠੇ ਸੱਚੇ ਵਾਅਦੇ ਕਰਕੇ ਅਤੇ ਕੁਝ ਮੁਸਲਮਾਨਾਂ ਦੇ ਪੁਰਾਣੇ ਵੈਰ ਯਾਦ ਕਰਾ ਕੇ ਸਿੱਖਾਂ ਨੂੰ ਭਰਮਾ ਲਿਆ ਅਤੇ ਸਿੱਖਾਂ ਦੀ ਵੱਖਰੀ ਹਸਤੀ ਰਹਿਣ ਦੀ ਨਾ ਉਹਨਾਂ ਪਾਸੋਂ ਹੀ ਕਰਾ ਲਈ ਅਤੇ ਜਦ ਵੇਲਾ ਟੱਪ ਗਿਆ ਤਾਂ ਆਜ਼ਾਦੀ ਮਿਲਣ ਤੋਂ ਬਾਅਦ ਜਮਹੂਰੀ ਲੋਕ ਰਾਜ ਦੇ ਉਪਦੇਸ਼ ਨਾਲ ਪੁਰਾਣੇ ਕੀਤੇ ਹੋਏ ਵਾਅਦਿਆਂ ਦੇ ਭਾਵ ਅਰਥ ਬਦਲਣੇ ਸ਼ੁਰੂ ਹੋ ਗਏ ਅਤੇ ਹੌਲੀ ਹੌਲੀ ਬਿਲਕੁਲ ਭੁਲਾ ਦਿੱਤੇ ਗਏ। ਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਜੀ ਤਾਂ ਇਤਨੇ ਨਾਲ ਹੀ ਬਹੁਤ ਪ੍ਰਸੰਨ ਹੋ ਗਏ ਕਿ ਉਹਨਾਂ ਦੇ ਕਿਰਪਾ ਪਾਤਰ ਸਰਦਾਰ ਬਲਦੇਵ ਸਿੰਘ ਜੀ ਨੂੰ ਹਿੰਦੁਸਤਾਨ ਦੀ ਕੇਂਦਰੀ ਵਜ਼ੀਰ ਮੰਡਲੀ ਵਿੱਚ ਸੁਰੱਖਿਆ ਮੰਤਰੀ ਬਣਾ ਦਿੱਤਾ ਗਿਆ। ਪਰ ਸਮਾਂ ਬੀਤਦੇ ਜਾਣ ਨਾਲ ਉਹਨਾਂ ਨੂੰ ਕੁਝ ਕੁ ਚਾਨਣਾ ਹੋਣ ਲੱਗ ਪਿਆ ਅਤੇ ਉਹਨਾਂ ਸਰਕਾਰ ਹਿੰਦ ਦੇ ਵਿਰੁੱਧ ਰੋਸ ਪ੍ਰਗਟ ਕਰਨਾ ਆਰੰਭ ਦਿੱਤਾ। ਪਰ ਹੁਣ ਪਛਤਾਏ ਕੀ ਹੋ ਸਕਦਾ ਹੈ, ਜਦਕਿ ਖੇਤ ਚਿੜੀਆਂ ਨੇ ਚੁਗ ਲਿਆ ਸੀ ਅਤੇ ਆਪੇ ਫਾਥੜੀਏ ਤੈਨੂੰ ਕੌਣ ਛੁਡਾਏ। ਪਿੰਜਰਾ ਭਾਵੇਂ ਸੋਨੇ ਦਾ ਕਿਉਂ ਨਾ ਹੋਵੇ, ਆਖਰ ਹੈ ਤਾਂ ਪਿੰਜਰਾ ਹੀ। ਪੰਜਾਬੀ ਸੂਬੇ ਦਾ ਖਿਆਲ ਆਜ਼ਾਦੀ ਤੋਂ ਛੇਤੀ ਹੀ ਬਾਅਦ ਸੰਨ 1948 ਵਿੱਚ ਹੀ ਸ਼ੁਰੂ ਹੋ ਗਿਆ ਸੀ। ਇੰਡੀਅਨ ਨੈਸ਼ਨਲ ਕਾਂਗਰਸ ਨੇ ਬੋਲੀਆਂ ਦੇ ਆਧਾਰ ਤੇ ਦੇਸ਼ ਦੇ ਸੂਬਿਆਂ ਦੀ ਮੁੜ ਹੱਦਬੰਦੀ ਦੇ ਅਸੂਲ ਨੂੰ ਚਿਰੋਕਣਾ ਪ੍ਰਵਾਨ ਕੀਤਾ ਹੋਇਆ ਸੀ। ਜਿਸ ਵੇਲੇ 1948 ਵਿੱਚ ਦੇਸ਼ ਦਾ ਨਵਾਂ ਵਿਧਾਨ ਬਣਾਉਣ ਲਈ ਅਸੈਂਬਲੀ ਬੈਠੀ ਤਾਂ ਬਾਵਾ ਹਰਕਿਸ਼ਨ ਸਿੰਘ ਜੀ ਨੇ ਪੰਜਾਬੀ ਸੂਬਾ ਬਣਾਉਣ ਦੇ ਹੱਕ ਵਿੱਚ ਇੱਕ ਪੈਂਫਲੈਟ ਅਪਲੀ ਫੋਰ ਅ ਪੰਜਾਬੀ ਸਪੀਕਿੰਗ ਪ੍ਰੋਵੀਨੈਂਸ ਲਿਖ ਕੇ ਇਸ ਪੱਖ ਨੂੰ ਪੇਸ਼ ਕੀਤਾ ਸੀ। ਪਰ ਉਸ ਵੇਲੇ ਕਿਸੇ ਨੇ ਇਸ ਗੱਲ ਵੱਲ ਕੋਈ ਖਾਸ ਧਿਆਨ ਨਾ ਦਿੱਤਾ, ਬਲਕਿ ਬਾਅਦ ਵਿੱਚ ਵੀ ਜਦ ਇਹ ਸਵਾਲ ਉੱਠਿਆ ਤਾਂ ਪੰਜਾਬ ਦੇ ਆਰੀਆ ਸਮਾਜੀਆਂ, ਹਿੰਦੂ ਸਭਿਆਈਆਂ ਅਤੇ ਜਨ ਸੰਘੀਆਂ ਨੇ ਇਸ ਦਾ ਸਿਰ ਤੋੜ ਵਿਰੋਧ ਕੀਤਾ ਅਤੇ ਇਸ ਹੱਦ ਤੱਕ ਝੂਠ ਬੋਲਣ ਤੱਕ ਉੱਤਰ ਆਏ ਕਿ ਪੰਜਾਬੀ ਤਾਂ ਸਾਡੀ ਮਾਤ ਬੋਲੀ ਹੀ ਨਹੀਂ। ਹਾਲਾਂਕਿ ਉਹਨਾਂ ਦੇ ਪਿਓ ਦਾਦੇ, ਮਾਵਾਂ ਭੈਣਾਂ, ਧੀਆਂ ਪੁੱਤਰ, ਰਿਸ਼ਤੇਦਾਰ ਅਤੇ ਉਹ ਆਪ ਸਵੇਰ ਤੋਂ ਸ਼ਾਮ ਤੱਕ ਘਰ ਅਤੇ ਬਾਹਰ ਕੰਮ ਕਾਰ ਤੇ ਹੱਟੀਆਂ ਅਤੇ ਵਣਜ ਵਪਾਰ ਲਈ ਸਿਵਾਏ ਪੰਜਾਬੀ ਤੋਂ ਹੋਰ ਕੋਈ ਬੋਲੀ ਬੋਲਦੇ ਹੀ ਨਹੀਂ ਸਨ ਅਤੇ ਨਾ ਹੀ ਇਸ ਤੋਂ ਬਿਨਾਂ ਉਹਨਾਂ ਦੀ ਕੋਈ ਹੋਰ ਬੋਲੀ ਹੈ। ਸੰਸਾਰ ਦੇ ਇਤਿਹਾਸ ਵਿੱਚ ਸ਼ਾਇਦ ਹੀ ਕਦੀ ਕਿਸੇ ਕੌਮ ਦੇ ਬੰਦਿਆਂ ਨੇ ਜਾਣ ਬੁੱਝ ਕੇ ਅਤੇ ਇਤਨਾ ਖੁੱਲ੍ਹ ਕੇ ਕੂੜ ਕੁਫਰ ਤੋਲਿਆ ਹੋਵੇ ਜਿਤਨਾ ਕਿ ਆਪਣੇ ਆਪ ਨੂੰ ਧਾਰਮਿਕ ਕਹਿਣ ਵਾਲੀ ਆਰਿਆ ਸਮਾਜ ਜਮਾਤ ਅਤੇ ਉਹਨਾਂ ਦੇ ਅਸਰ ਹੇਠ ਕੁਝ ਕੁ ਗੁੰਮਰਾਹ ਲੋਕਾਂ ਨੇ ਜ਼ਬਾਨੀ ਅਤੇ ਲਿਖਤੀ ਆਪਣੇ ਬਿਆਨਾਂ ਵਿੱਚ, ਆਪਣੀਆਂ ਸਟੇਜਾਂ ਤੋਂ ਅਤੇ ਆਪਣੀਆਂ ਅਖ਼ਬਾਰਾਂ ਅਤੇ ਹੋਰ ਲਿਖਤਾਂ ਰਾਹੀਂ ਬੋਲਿਆ ਅਤੇ ਹੋਰ ਹਿੰਦੂਆਂ ਅਤੇ ਹਰੀਜਨਾਂ ਨੂੰ ਝੂਠ ਬੋਲਣ ਲਈ ਪ੍ਰੇਰਿਆ। ਇਹ ਇੱਕ ਅਜਿਹਾ ਸਪਸ਼ਟ ਅਤੇ ਖੁੱਲ੍ਹਾ ਝੂਠ ਸੀ ਜਿਸ ਨੂੰ ਉੱਤਰ ਹਿੰਦੁਸਤਾਨ ਦੇ ਸਾਰੇ ਲੋਕ, ਕੀ ਹਿੰਦੂ, ਕੀ ਮੁਸਲਮਾਨ, ਕੀ ਹਰੀਜਨ ਅਤੇ ਕੀ ਈਸਾਈ ਸਭ ਜਾਣਦੇ ਸੀ। ਇੱਥੋਂ ਤੱਕ ਕਿ ਇੱਕ ਮੁਸਲਮਾਨ ਸੱਜਣ ਨੇ ਇਹ ਵੇਖ ਸੁਣ ਕੇ ਸਿੱਖਾਂ ਨੂੰ ਤਾਨਾ ਮਾਰਿਆ ਕਿ ਭਾਅ ਜੀ, ਆ ਹਨ ਨਾ ਉਹ ਲੋਕ ਜਿਨ੍ਹਾਂ ਦੇ ਝੂਠੇ ਵਾਅਦਿਆਂ ਅਤੇ ਬੇਬੁਨਿਆਦ ਭਰੋਸਿਆਂ 'ਤੇ ਤੁਸੀਂ ਸਾਡੇ 'ਤੇ ਇਤਬਾਰ ਨਹੀਂ ਸੀ ਕੀਤਾ ਅਤੇ ਆਪਣਾ ਪੁਰਾਣਾ ਝੁੱਗਾ ਚੋੜ ਕਰਾ ਲਿਆ ਸੀ ਅਤੇ ਨਵਾਂ ਇਹਨਾਂ ਬਣਨ ਨਹੀਂ ਦੇਣਾ। ਜੇ ਠਰਮੇ ਨਾਲ ਸੋਚਿਆ ਜਾਵੇ ਤਾਂ ਇਹ ਇੱਕ ਸੱਚਾਈ ਹੈ। ਅਸਲ ਵਿੱਚ ਹਿੰਦੂਆਂ ਵਿੱਚੋਂ ਆਰੀਆ ਸਮਾਜੀ ਅਤੇ ਉਹਨਾਂ ਦਾ ਕੁਝ ਪਿਛਲੱਗ ਭਾਈਚਾਰਾ ਇਹ ਬਰਦਾਸ਼ਤ ਹੀ ਨਹੀਂ ਕਰ ਸਕਦਾ ਕਿ ਸਿੱਖ ਧਾਰਮਿਕ ਤੌਰ 'ਤੇ ਆਪਣੇ ਆਪ ਨੂੰ ਹਿੰਦੂ ਧਰਮ ਤੋਂ ਆਜ਼ਾਦ ਰੱਖ ਸਕਣ ਵਿੱਚ ਪੂਰੀ ਤਰ੍ਹਾਂ ਸਫਲ ਹੋ ਜਾਂ ਰਾਜਸੀ ਤੌਰ 'ਤੇ ਆਪਣੀਆਂ ਕੋਈ ਵੱਖਰੀਆਂ ਅਤੇ ਆਜ਼ਾਦ ਉਮੰਗਾਂ ਅਤੇ ਆਸਾਂ ਲਾਈ ਰੱਖਣ। ਉਹ ਸਿੱਖ ਧਰਮ ਨੂੰ ਹਿੰਦੂ ਧਰਮ ਦੇ ਇੱਕ ਫਿਰਕੇ ਤੋਂ ਵੱਧ ਰਹੀ ਰਹਿਣ ਦੇਣਾ ਚਾਹੁੰਦੇ ਅਤੇ ਸਿੱਖਾਂ ਨੂੰ ਆਪਣੀ ਇੱਕ ਫੌਜੀ ਜਮਾਤ ਤੋਂ ਵੱਧ ਨਹੀਂ ਦੇਖਣਾ ਚਾਹੁੰਦੇ, ਤਾਂ ਕਿ ਹੌਲੀ ਹੌਲੀ ਇਹ ਹਿੰਦੂਆਂ ਵਿੱਚ ਜਜ਼ਬ ਹੋ ਕੇ ਇਹਨਾਂ ਦੀ ਵੱਖਰੀ ਹਸਤੀ ਹੀ ਸਦਾ ਲਈ ਖਤਮ ਹੋ ਜਾਏ। ਇਹ ਇੱਕ ਪਾਪ ਦੀ ਸੋਚਣੀ ਹੈ ਜੋ ਅੰਤ ਪਾਪੀ ਨੂੰ ਮਹਿੰਗੀ ਪਿਆ ਕਰਦੀ ਹੈ। ਇਸ ਤਰ੍ਹਾਂ ਇਸ ਸਾਚੀ ਸਾਖੀ ਵਿੱਚ ਵਿਦਵਾਨ ਲੇਖਕ ਨੇ ਹੋਰ ਕਈ ਇਤਿਹਾਸਿਕ ਸੱਚਾਈਆਂ ਪਰ ਚਾਨਣਾ ਪਾਇਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਸੋਚਵਾਨਾਂ ਅਤੇ ਲਿਖਾਰੀਆਂ ਲਈ ਸੇਧਾਂ ਪਾਉਣ ਵਿੱਚ ਸਹਾਈ ਹੋਵੇਗਾ। ਇਸ ਸੇਵਾ ਲਈ ਅਸੀਂ ਸਾਰੇ ਸਮੁੱਚੇ ਤੌਰ 'ਤੇ ਉਹਨਾਂ ਦੇ ਧੰਨਵਾਦੀ ਹਾਂ ਅਤੇ ਮੈਂ ਸਾਚੀ ਸਾਖੀ ਨੂੰ ਜੀ ਆਇਆਂ ਨੂੰ ਆਖਦਾ ਹਾਂ। ਗੰਡਾ ਸਿੰਘ ਕਮਿਊਨਲ ਅਵਾਰਡ। ਬ੍ਰਿਟਿਸ਼ ਜਾਤੀ ਦਾ ਭਾਰਤ ਦੇਸ਼ ਉੱਤੇ ਸਾਮਰਾਜਿਕ ਅਧਿਕਾਰ ਅਤੇ ਉਸ ਅਧਿਕਾਰ ਦੇ ਤਿਆਗ ਦੀ ਤਵਾਰੀਖ ਵਿੱਚ ਕਮਿਊਨਲ ਅਵਾਰਡ ਦੀ ਭਾਰੀ ਮਹੱਤਤਾ ਹੈ।
ਸਾਰੇ ਹਿੰਦੁਸਤਾਨ ਉੱਤੇ 100-150 ਵਰੇ ਅਖੰਡ ਰਾਜ ਕਰਕੇ 20ਵੀਂ ਸਦੀ ਈਸਵੀ ਦੇ ਮੱਧ ਵਿੱਚ ਜਦ ਅੰਗਰੇਜ਼ ਦੇਸ਼ ਦਾ ਰਾਜਕਾਜ ਆਪਣੇ ਹੱਥੀ ਹੱਕੀਆਂ ਨੂੰ ਸੌਂਪ ਗਏ ਤਦ ਉਸ ਹੱਕ ਅਧਿਕਾਰ ਦੇ ਅੰਤਮ ਨਿਰਣੇ ਦੀ ਸ਼ਿਲਾਧਾਰ ਕਮਿਊਨਲ ਅਵਾਰਡ ਹੀ ਸੀ ਅਤੇ ਇਸ ਲਈ ਇਸ ਕਮਿਊਨਲ ਅਵਾਰਡ ਦੇ ਅਗੇਤਰ ਪਛੇਤਰ ਦਾ ਵਰਣਨ ਤੇ ਇਸ ਦੀਆਂ ਨੀਹਾਂ ਦਾ ਨਿਰੂਪਣ ਮਨੋਰੰਜਕ ਵੀ ਹੈ ਤੇ ਲਾਭਕਾਰੀ ਵੀ। ਅਚੰਬੇ ਦੀ ਗੱਲ ਹੈ ਕਿ ਕਮਿਊਨਲ ਅਵਾਰਡ ਦਾ ਕਿਸੇ ਹਿੰਦੁਸਤਾਨੀ ਬੋਲੀ ਵਿੱਚ ਪ੍ਰਮਾਣਿਕ ਤੇ ਪ੍ਰਚਲਿਤ ਤਰਜਮਾ ਨਹੀਂ ਹੋ ਸਕਿਆ, ਜਿਵੇਂ ਕਿ ਨਾਨ ਕੋਆਪਰੇਸ਼ਨ ਦਾ ਉਲਥਾ ਉਰਦੂ ਵਾਲਿਆਂ ਨੇ, ਤਰਕੀ ਮੁਵਾਲਾ ਤੇ ਹਿੰਦੀ ਵਾਲਿਆਂ ਨੇ ਅਸਹਿਯੋਗ ਕਰ ਲਿਆ ਸੀ, ਪਰ ਪ੍ਰਚਲਿਤ ਅਤੇ ਸਰਵ ਸਾਧਾਰਨ ਪ੍ਰਿਯ ਪੰਜਾਬੀ ਵਿੱਚ ਹੋਇਆ ਉਲਥਾ ਨਾ ਮਿਲਵਰਤਨ ਹੀ ਸਿੱਧ ਹੋਇਆ ਸੀ। ਕਮਿਊਨਲ ਅਵਾਰਡ ਸ਼ਬਦ ਦੇ ਤਰਜਮੇ ਉਰਦੂ ਵਾਲਿਆਂ ਨੇ ਵੀ ਤੇ ਹਿੰਦੀ ਵਾਲਿਆਂ ਨੇ ਵੀ ਅਰਬੀ ਤੇ ਸੰਸਕ੍ਰਿਤ ਦੇ ਸੋਮਿਆਂ ਦਾ ਸਹਾਰਾ ਲੈ ਕੇ ਕਰਨ ਦਾ ਯਤਨ ਕੀਤਾ ਤਾਂ ਸੀ, ਪਰ ਉਸਦਾ ਸਿੱਟਾ ਇਤਨਾ ਭੱਦਾ ਤੇ ਨਾ ਤਸੱਲੀ ਬਖਸ਼ ਸੀ ਕਿ ਮੁੱਢੋਂ ਹੀ ਉਹਨਾਂ ਤਰਜਮਾ ਕਰਨ ਵਾਲਿਆਂ ਨੂੰ ਆਪ ਨਾ ਜਚਿਆ ਤੇ ਯੋਂ ਉਹ ਆਪ ਹੀ ਆਪਣੇ ਸ਼ਬਦਾਂ ਨੂੰ ਪ੍ਰਚਲਿਤ ਨਾ ਕਰ ਸਕੇ ਤੇ ਅੰਗਰੇਜ਼ੀ ਭਾਸ਼ਾ ਦਾ ਅਸਲੀ ਸ਼ਬਦ ਕਮਿਊਨਲ ਅਵਾਰਡ ਹੀ ਬੋਲਚਾਲ ਤੇ ਲਿਖਤ ਵਿੱਚ ਵਰਤਦੇ ਰਹੇ। ਸਿੱਖਾਂ ਨੇ ਜਿਨ੍ਹਾਂ ਦੇ ਮੋਢਿਆਂ ਉੱਤੇ ਪੰਜਾਬੀ ਬੋਲੀ ਦੀ ਰੱਖਿਆ ਦਾ ਭਾਰ ਹਿੰਦੁਸਤਾਨ ਦੇ ਰਾਜਸੀ ਵਾਤਾਵਰਣ ਨੇ ਤਿੱਗੋ ਜੋਰੀ ਪਾ ਰੱਖਿਆ ਸੀ, ਇਸ ਨੂੰ ਪੰਜਾਬੀ ਵਿੱਚ ਉਲਥਾਨ ਦਾ ਯਤਨ ਹੀ ਨਾ ਕੀਤਾ। ਇਸ ਕਾਰਨ ਉਰਦੂ, ਹਿੰਦੀ, ਪੰਜਾਬੀ ਤੇ ਬਾਕੀ ਹਿੰਦੁਸਤਾਨ ਦੀਆਂ ਭਾਸ਼ਾਵਾਂ ਵਿੱਚ ਕਮਿਊਨਲ ਅਵਾਰਡ ਸ਼ਬਦ ਆਪਣੇ ਤਤਸਮ ਰੂਪ ਵਿੱਚ ਹੀ ਪ੍ਰਚਲਿਤ ਹੋ ਪਿਆ ਤੇ ਚੱਲਿਆ ਆਉਂਦਾ ਹੈ। ਇਸ ਗੱਲ ਨੂੰ ਐਵੇਂ ਇਤਫਾਕੀਆ ਜਾਂ ਅਕਸਮਾਤ ਜਾਣਨਾ ਤੇ ਕਿਸੇ ਸਥਾਈ ਰਹੱਸ ਤੋਂ ਖਾਲੀ ਸਮਝਣਾ ਇੱਕ ਭੁੱਲ ਤੇ ਓਪਰੀ ਵਿਚਾਰਧਾਰਾ ਹੋਵੇਗੀ। ਕਮਿਊਨਲ ਵਿਸ਼ੇਸ਼ਣ ਦਾ ਨਾਂਵ ਸੋਮਾ ਕਮਿਊਨਿਟੀ ਹੈ, ਜਿਸ ਦਾ ਨੇੜੇ ਤੋਂ ਨੇੜੇ ਤਰਜਮਾ ਅਰਬੀ ਵਿੱਚ ਕੌਮ ਤੇ ਸੰਸਕ੍ਰਿਤ ਵਿੱਚ ਜਾਤੀ ਹੈ। ਅਰਬੀ ਵਿੱਚ ਕੌਮ ਸਮਾਜੀ ਇਕਾਈ ਵੀ ਹੈ, ਧਾਰਮਿਕ ਜਥੇਬੰਦੀ ਵੀ ਹੈ ਤੇ ਰਾਜਸੀ ਰਿਆਸਤ ਜਾਂ ਰਾਜ ਵੀ। ਮਹਾਨ ਇਤਿਹਾਸਚਾਰਯ ਜਗਤ ਪ੍ਰਸਿੱਧ ਇਬਨ ਖਲਦੂਨ, ਜੋ ਕਿ ਤਿਓਨਿਸ ਨਗਰ ਅਲਜੀਰੀਆ ਦੇਸ਼ ਵਿੱਚ ਜਨਮਿਆ ਤੇ ਅਲਕਾਹਿਰੇ ਮਿਸਰ ਦੇਸ਼ ਵਿੱਚ ਮ੍ਰਿਤੂ ਪ੍ਰਾਪਤ ਹੋਇਆ ਦੇ ਵਡੀਕੇ ਕਈ ਸੌ ਕੁ ਸਾਲ ਪਹਿਲਾਂ ਸਪੇਨ ਦੇਸ਼ ਦੇ ਸਵੀਲ ਨਾਮੀ ਸੁੰਦਰ ਸ਼ਹਿਰ ਦੇ ਵਸਨੀਕ ਸਨ, ਜਿੱਥੋਂ ਕਿ ਉਹ ਇਸਲਾਮੀ ਰਾਜ ਗਰਨਾਤੇ ਦੇ ਪਰਾਜੇ ਹੋਣ ਉੱਤੇ ਕੱਢ ਦਿੱਤੇ ਗਏ ਸਨ। ਇਬਨ ਖਲਦੂਲ ਨੇ ਇਸਲਾਮੀ ਤਵਾਰੀਖ ਉੱਤੇ ਇੱਕ ਬੜੀ ਵਿਸ਼ਾਲ ਪੁਸਤਕ ਅਰਬੀ ਭਾਸ਼ਾ ਵਿੱਚ ਲਿਖੀ ਹੈ, ਜਿਸ ਦੇ ਮੁੱਖ ਬੰਦ ਵਿੱਚ ਉਸਨੇ ਰਾਜਾ ਤੇ ਜਾਤੀਆਂ ਦੇ ਉਤਾਰ ਚੜਾਅ, ਉੱਨਤ ਪਤਨ ਦੇ ਸਿਧਾਂਤਕ ਕਾਰਨਾਂ ਦਾ ਨਿਰਣਾ ਕਰਨ ਦਾ ਯਤਨ ਕੀਤਾ ਹੈ। ਇਹ ਮੁੱਖ ਬੰਦ ਅਲਮੁਕਦਮ ਹੈ, ਪਿੱਛੋਂ ਜਾ ਕੇ ਇਸਲਾਮੀ ਤਵਾਰੀਖ ਪੁਸਤਕ ਨਾਲੋਂ ਵੱਖਰਾ ਕਰਕੇ ਇੱਕ ਸੁਤੰਤਰ ਪੁਸਤਕ ਦੇ ਰੂਪ ਵਿੱਚ ਪ੍ਰਚਲਿਤ ਹੋ ਗਿਆ ਤੇ ਯੋਂ ਹੁਣ ਇਹ ਅਲਮੁਕਦਮ ਹੈ ਇਸਲਾਮੀ ਰਾਜਸੀ ਸਿਧਾਂਤਾਂ ਦਾ ਪ੍ਰਮਾਣਿਕ ਤੇ ਮੁਸਤਨਿਦ ਸੋਮਾ ਸੰਸਾਰ ਕੋਲ ਹੈ। ਇਹ ਅਲਮੁਕਦਮ ਹੈ ਤੇ ਇਸਲਾਮੀ ਤਵਾਰੀਖ ਇਬਨ ਖਲਦੂਨ ਨੇ ਸਪੇਨ ਦੇਸ਼ ਵਿੱਚੋਂ ਮਹਾਨ ਇਸਲਾਮੀ ਰਾਜ ਤੇ ਸੰਤਨਤਾਂ ਦੇ ਪਰਾਜੇ ਤੇ ਵਿਨਾਸ਼ ਤੋਂ ਪ੍ਰਭਾਵਿਤ ਹੋ ਕੇ ਲਿਖੇ ਸੀ ਅਤੇ ਇਸ ਕਾਰਨ ਸਾਡੇ ਪੰਜਾਬ ਦੇ ਮਹਾਨ ਦਾਰਸ਼ਨਿਕ ਕਵੀ ਡਾਕਟਰ ਸਰ ਮੁਹੰਮਦ ਇਕਬਾਲ 1875 ਤੋਂ 1938 ਨੇ ਕਿਹਾ ਹੈ ਕਿ ਆਸਮਾਂ ਨੇ ਦੌਲਤੇ ਗਰਨਾਤੇ ਜਬ ਬਰਬਾਦ ਕੀ, ਇਬਨ ਖਲਦੂਲ ਕੇ ਦਿਲ ਨਾਸ਼ਾਦ ਨੇ ਫਰਿਆਦ ਕੀ। ਇਸ ਸ਼ੇਅਰ ਵਿੱਚ ਦੌਲਤੇ ਗਰਨਾਤੇ ਸ਼ਬਦ ਵਿਚਾਰਨਯੋਗ ਹੈ। ਅਰਬੀ ਭਾਸ਼ਾ ਤੇ ਇਸਲਾਮੀ ਵਿਚਾਰਧਾਰਾ ਵਿੱਚ ਰਾਜ੍ਯ ਤੇ ਰਾਜਵੰਸ਼ ਇੱਕੋ ਸੰਬੋਧ ਦੇ ਦੋ ਪਹਿਲੂ ਹਨ, ਦੋ ਵੱਖੋ ਵੱਖਰੇ ਸੁਤੰਤਰ ਤੇ ਨਿਖੜਵੇਂ ਸੰਬੋਧ ਨਹੀਂ। ਇਹਨਾਂ ਦੋਹਾਂ ਸੰਬੰਧਾਂ ਲਈ ਇਸਲਾਮੀ ਵਿਚਾਰਧਾਰਾ ਵਿੱਚ ਇੱਕੋ ਸ਼ਬਦ ਹੈ ਜੋ ਕਿ ਇਬਨ ਖਲਦੂਨ ਨੇ ਵਰਤਿਆ ਹੈ ਅਤੇ ਜਿਸ ਦਾ ਪ੍ਰਯੋਗ ਡਾਕਟਰ ਸਰ ਮੁਹੰਮਦ ਇਕਬਾਲ ਨੇ ਕੀਤਾ ਸੀ ਅਤੇ ਉਹ ਸ਼ਬਦ ਹੈ ਦਵਲਹਿ। ਦਵਲਹਿ ਜਾਂ ਦਵਲਤ, ਦੌਲਤ, ਰਾਜਾ, ਪ੍ਰਜਾ, ਦੇਸ਼, ਰਾਜ ਭਿੰਨ ਭਿੰਨ ਸੰਬੋਧਾਂ ਲਈ ਸਮੂਹਿਕ ਪਦ ਹੈ। ਕਮਿਊਨਿਟੀ ਦਾ ਵਿਆਪਕ ਅਰਥ ਹੈ ਸਮਾਜਿਕ ਇਕਾਈ, ਸੰਸਕ੍ਰਿਤਿਕ ਇਕਾਈ,
पर प्रभु सत्ता प्राप्त या राज सत्ता आकाकाशक जाति इस संबंध का सारंश नहीं, क्यों जो एक तो वध भिन्न भिन्न कम्यूनिटियां एक राज सम अधिकार प्राप्त प्रजा हो सकदियां हन, जो कि बुनियादी इस्लामी सिद्धांतों के विरुद्ध है अते उस दी विचारधारा का प्रतियोग जिसनों की साकार करन वाले ते प्रचार करन वाले दोवें इस्लाम शत्रु हन, मुनाफिक जिसनों की अज कल खब्बे पक्षी एंटी सोशल कहिंदे हन, अते मार्क्सी संकेत बोलना विच डेविएशनिस्ट। यह कारण है कम्यूनल अवार्ड दे उर्दू विच उल्था ना हो सकन दा। रहस्य इसका यह है कि कम्यूनल अवार्ड की बुनियादी विचारधारा सम अधिकार प्राप्त एकरा जांग भिन्न भिन्न सांस्कृतिक अथवा समाजिक इकाइया का विधानक अस्थिवाची निर्णा हिंदुस्तान के मुसलमाना की आत्मा नू स्वीकार ही नहीं सी, अते एहो कारण अंत नू देश दे वंडारे का बनिया। जिमें कि मुस्लिम लीग के नेता मुहम्मद अली जिना ने कहा कि असानू साडा हिस्सा वंड के मुल्क दा दे दिओ भावें ओह थोड़ा ही होवे, मुसलमान उसे विच संतोख कर लैणगे ते जे लोड़ पई तां इक वेले रोटी खा के ही गुजारा कर लैणगे। तर्क पाकिस्तान बनन दा ते कम्यूनल अवार्ड दे प्रमाणिक प्रचलित रूप विच ना उलथाए जाण दा भावें कोई भी बनिया, कारण ओह है जो बयानिया जा चुका है कि कम्यूनल अवार्ड अपने द्रव्यवाची रूप विच इस्लामी समाजिक स्थिति लई व्याकाती पद है। हिंदी संस्कृत विच कम्यूनल अवार्ड प्रचलित रूप विच क्यों तर्जमाया ना जा सकिया, बीज कारण इसका ओह है जो इस्लाम बारे कह आए हाँ कि हिंदू आत्मा समाजिक इकाइया तो भली प्रकार स्वीकार करती है पर चतुरवर्ण समाज के शास्त्र प्रमाणिक रूप विच जो समाजक अते राजसी एक प्रजा बन सकती है पर परम प्रजाति प्रवान होके जिस विच की भिन्न भिन्न समाजिक इकाइया उस दियां जातियां होन या सहजातियां परंतु विपरीत जातियां ना होन जिवें कि इस्लामी जमात है। अजिहियां विपरीत जातियां बारे मुल्क हिंदू विचारधारा यों है कि विपरीत समाज वालियां जातियां भावें ज्ञान विज्ञान विच कितनियां निपुण ही क्यों ना होन ओह अपनाईयां नहीं जा सकदियां। कम्यूनल अवार्ड विच तीन प्रजातियां हिंदुस्तान विच अंग्रेजा ने तस्लीम कीतियां सन जो कि हिंदुस्तान विच प्रभु सत्ता मानन दियां जनम सिद्ध अधिकारी हन, हिंदू मुसलमान ते सिख। हिंदुआं ते मुसलमानां बाबत उत्ते कहा जा चुका है कि उन्हां दी मूलिक आत्मा दा कम्यूनल अवार्ड दे इस आधार तत्व नाल ही विरोध सी कि हिंदुस्तान दी राजसी प्रभु सत्ता सर्ब सांझे एक रूप विच अखंड रहे, पर सिखां बारे यों नहीं कहा जा सकदा। सामी अते आर्य आत्मा दी बुनियादी इकसारता दा निरूपण अते हिंद समाज ते इस्लामी जमात दा आत्मक सांस्कृतक समाजक ते राजसी पद्धरां उत्ते निरंतर सहयोग सिख धर्म दे मुख मंतव हन। पंचम नानक गुरु अर्जन देव जी दा एह सुझाव कि मुसलमान मोम दिल होवे अंतर की मल दिल ते धोवे, दुनिया रंग ना आवे नेड़े ज्यों कुसम पाट क्यों पाक हरा, अर्थात मुसलमान इस्लामी मत दे दुनिया रंग समाजी शरा दी सर्वगमता ते राजसी गलबी दी इच्छा नू त्याग देन ते इस्लाम दे तत् उपदेश दया मैत्री समता करुणा उपेक्षा प्रतिभाव आदि गुणा दा विशेष ग्रहण करन अते हिंदू भी अपनी समाजी छुआछूत तंग दिली ते नफरत त्याग के मुसलमाना नू यों पवित्र समझन कि फुल पट घ्यो ते मिर्गशाला नू सदा पवित्र मन्या जांदा है, यों सिख धर्म दी मुहरक आत्मा है। दरअसल जेड़ी सहभाव गति कम्यूनल अवार्ड दी पूर्व कल्पना है उस दी तर्क सिद्धि केवल सिख धर्म दे रूप विच ही सही हुंदी जापती है, होर किवें नहीं। जे यों है तां सिखां ने पंजाबी विच कम्यूनल अवार्ड दा कोई काबल कबूल ते प्रचलित तर्जुमा क्यों ना किता, दो कारण इस दे सन। एक यह
कि कम्यूनल अवार्ड विच राजसी सत्ता की वंड का आधार सिरां की गिनती सी ना कि आत्म गौरवता अते इस गिनती विच सिखां नूं सब पासे अपने लिए हार ही हार दिस रही सी ते सुरक्षा की आश का उक्का अभाव। दूजा कारण यह कि सन 1947 विच अंग्रेजा ने हिंदुस्तान नूं छड्डन विच इतनी काली कीती जिस दे प्रतिकर्म वजों ठंडे दिल नाल कोई विचार करना सिख लीडरां लई असंभव हो गया अते ओह सिख धर्म दे प्रथम मंतम ते मूल कारण नूं उक्का भुल के सिख तवारीख दे दूर कारण हिंदू धर्म दी रक्षा नूं ही सिखां ते सिखी दा अनिवार्य कारण मन के ना केवल अपने जन्म सिद्ध अधिकार श्वैश प्रभु सत्ता नूं ही गवा बैठे सगों सिखी दे बीज करण ते मुख मंतव सामी आत्मा ते आर्य आत्मा दे मुस्तकल तालमेल वल्लों भी पिट फेर बैठे या यूं कहो कि असमर्थ बन बैठे। इना दो कारना करके सिख आत्मा ना ता कम्यूनल अवार्ड नू कबूल कर सकी ते ना रद्द ते यों सिखा ने इस शब्द दा काबले कबूल तर्जमा ना किता। सन 1947 तो पिछों स्वतंत्र भारत विच सिख अशांति दे दुख भरे कांड दे सही विश्लेषण अते सन 1947 विच पछमी पंजाब विच सिखा नाल वापरी दुर्गति दे मूल कारण कम्यूनल अवार्ड दा एहो पिछेकड़ ते उस दा प्रतिकरम समझिया है ठीक तौर ते कहे जा सकते हैं अते यों विचारिया कम्यूनल अवार्ड दी संखेप कथा ना केवल मनोरंजक ही है सगो रहस्यमय भी। सन 1600 ईस्वी ईस्ट इंडिया कंपनी जिसने कि भारत विच अंग्रेजी साम्राज स्थापित किया दी नींह रखी गई। इस ईस्ट इंडिया कंपनी जेडी की प्रत्यक्ष रूप विच एक निरोल व्यापारक संस्था सी दियां जड़ां ही मुल्की कब्जा ते फिर इस राज अधिकार नूं हिंद वासियां नूं सौंपण दी संभावना मौजूद सी। व्यापारो बसतै लक्ष्मी तां प्राचीन समयां तों प्रत्यक्ष ही सी पर व्यापार द्वारा राजसत्ता प्राप्ति दी परपाटी ईस्ट इंडिया कंपनी ने ही अस्थापित कीती। इस कंपनी अथवा व्यापारक संस्था नूं हिंदुस्तान नाल तजारत करन दे अधिकार इंग्लैंड दे बादशाह ने सरकारी तौर उत्ते दे के यह निश्चित कर दिता कि हिंदुस्तान नाल अंग्रेजी तजारत अंग्रेज पातशाह दी आग्या ते प्रबंधक अधिकारां दे अधीन है। अंग्रेजां दे हिंदुस्तान उत्ते कब्जे दी इह जड़ है क्यों जो इस कंपनी दी अंग्रेजी बादशाह वल्लों सरकारी मंजूरी अते इसनू अजिहा अधिकार वरदान जिस द्वारा कि इह एक गैर ते स्वतंत्र देश विच विचर सके। दरअसल इस गल दा सूचक है कि अंग्रेज हिंदुस्तान विच अधिकार प्राप्ति दी आकांक्षा रखदे हन अते इस दा हक जमाउण दे चाहवान सन। सन 1661 ईस्वी विच जो संविधान पत्र अंग्रेजी सरकार ने इस कंपनी नूं बख्शिया उस विच इह प्रवान किता गया सी कि कंपनी हिंदुस्तान विच किलाबंदियां सिलेखानियां अते सेना दी मालक है अते इस नूं हिंदुस्तान विच लामबंदी जंग करन ते अहदनामे करन दे अख्तियार हन। यों विचारिया अंग्रेजां दे हिंदुस्तान उत्ते राजसी कब्जे दी गोहे आकांक्षा इस व्यापारक संस्था दे मूल उद्देशां नालों अनिखड़वी प्रतक हो आउंदी है। एहो आकांक्षा अंत नूं धीरे धीरे सन 1849 ईस्वी विच अंग्रेजां दे हिंदुस्तान उत्ते मुकम्मल कब्जे दे रूप विच प्रगट होई। यह ईस्ट इंडिया कंपनी रूपी धर्म प्रजाति वृक्ष की उच्चतम टाणी ही सन 1947 विच फिरंगिया दे हिंदुस्तान नूं छड्ड जाण अते इस दा राज भाग हिंदुस्तानियां नूं सौंप देण दे रूप विच उगमी ते इह इउं होया। सन 1757 विच जदों पलासी दी लड़ाई दे विजयी रॉबर्ट क्लाइव दा मुर्शदाबाद दे नवाबी महिलां विच प्रवेश होया तां उस दीआं अक्खां इह देख के नवाब दा तोशा खाना सोना चांदी ते हीरे जवाहरात नाल नको नक भरिया पिया है चका चूंद हो गईआं। उसने अते उस दे साथी अंग्रेजा ने रजवी लोटी उत्तों कीती अते पिछों जाके जदों ब्रिटिश पार्लियामेंट ने इस लुट दी पुछ पड़ताल कीती तां क्लाइव ने रोस भरे अचंभे नाल उत्तर दिता मैं तुहाडी प्रशंसा दा पात्र हाँ कि मैं उस समय बड़े संकोच तो काम लिया मैं अजिहे संदूकां दीआं कतारां विचों लंघ रहा सां
ਜੋ ਕਿ ਮੇਰੇ ਅੱਗੇ ਖੁੱਲ੍ਹੇ ਅਤੇ ਸੋਨੇ ਦੇ ਰਤਨਾਂ ਨਾਲ ਭਰੇ ਪਏ ਸਨ। ਮਿਸਟਰ ਪ੍ਰੈਜ਼ੀਡੈਂਟ, ਹੁਣ ਜਦੋਂ ਕਿ ਮੈਂ ਉਸ ਸਮੇਂ ਦਾ ਚਿੰਤਨ ਕਰਦਾ ਹਾਂ ਤਾਂ ਉਸ ਸਮੇਂ ਜੋ ਤਿਆਗ ਤੇ ਸੰਕੋਚ ਮੈਂ ਕੀਤਾ ਉਸ ਉੱਤੇ ਮੈਂ ਆਪ ਅਚੰਬਿਤ ਹਾਂ। ਇਸ ਪ੍ਰਕਾਰ ਦੇ ਯੁੱਧ ਤੇ ਲੜਾਈਆਂ ਜਿੱਥੇ ਕਲਾਈ ਵਰਗੇ ਯੋਧਿਆਂ ਲਈ ਲਾਭਵੰਦ ਸਨ, ਉੱਥੇ ਈਸਟ ਇੰਡੀਆ ਕੰਪਨੀ ਲਈ ਮਾਲੀ ਤੌਰ ਤੇ ਹਾਨੀਕਾਰਕ ਵੀ ਸਨ। ਇਉਂ ਕੰਪਨੀ ਉੱਤੇ ਇਤਨਾ ਮਾਲੀ ਭਾਰ ਵੱਧ ਗਿਆ ਕਿ ਉਸਨੂੰ ਬੈਂਕ ਆਫ ਇੰਗਲੈਂਡ ਨੇ ਵੀ ਕਰਜ਼ਾ ਦੇਣੋਂ ਨਾ ਕਰ ਦਿੱਤੀ ਅਤੇ ਕੰਪਨੀ ਨੇ ਬ੍ਰਿਟਿਸ਼ ਗਵਰਨਮੈਂਟ ਕੋਲ ਮਾਲੀ ਸਹਾਇਤਾ ਲਈ ਪ੍ਰਾਰਥਨਾ ਕੀਤੀ, ਜਿਸ ਕਾਰਨ ਬ੍ਰਿਟਿਸ਼ ਪਾਰਲੀਮੈਂਟ ਨੇ ਸਭ ਹਾਲਾਤ ਦੀ ਜਾਂਚ ਪੜਤਾਲ ਪਿੱਛੋਂ ਸੰਨ 1773 ਦਾ ਰੈਗੂਲੇਟਿੰਗ ਐਕਟ ਪਾਸ ਕਰਕੇ ਕੰਪਨੀ ਦੇ ਹਿੰਦੁਸਤਾਨੀ ਇਲਾਕਿਆਂ ਦੇ ਇੰਤਜ਼ਾਮ ਦੀ ਸਿੱਧੀ ਦੇਖਭਾਲ ਦੀ ਜ਼ਿੰਮੇਵਾਰੀ ਆਪ ਸੰਭਾਲ ਲਈ, ਜਿਸ ਦੇ ਸਿੱਟੇ ਦੇ ਤੌਰ ਤੇ ਸਰ ਵਾਰਨ ਹੈਸਟਿੰਗਸ ਨੂੰ ਬੰਗਾਲ ਦਾ ਗਵਰਨਰ ਜਨਰਲ ਥਾਪਿਆ ਗਿਆ। ਇਸ ਪ੍ਰਕਾਰ ਜਦ ਬ੍ਰਿਟਿਸ਼ ਪਾਰਲੀਮੈਂਟ ਨੇ ਹਿੰਦੁਸਤਾਨ ਵਿੱਚ ਕਾਬੂ ਕੀਤੇ ਇਲਾਕਿਆਂ ਦੇ ਰਾਜਸੀ ਇੰਤਜ਼ਾਮ ਦੀ ਜ਼ਿੰਮੇਵਾਰੀ ਕਬੂਲ ਲਈ ਤਾਂ ਅਵਸ਼ ਹੋ ਗਿਆ ਕਿ ਜਿਨ੍ਹਾਂ ਸਿਧਾਂਤਾਂ ਉੱਤੇ ਇੰਗਲੈਂਡ ਵਿੱਚ ਰਾਜਕਾਜ ਦਾ ਨਿਰਭਰ ਹੈ ਉਹਨਾਂ ਸਿਧਾਂਤਾਂ ਦਾ ਪ੍ਰਭਾਵ ਤੇ ਅਸਰ ਇਹਨਾਂ ਹਿੰਦੁਸਤਾਨੀ ਇਲਾਕਿਆਂ ਦੇ ਰਾਜਕਾਜ ਅਤੇ ਪ੍ਰਬੰਧਕ ਢੰਗ ਉੱਤੇ ਵੀ ਪਵੇ। ਇੰਗਲੈਂਡ ਵਿੱਚ ਰਾਜਕਾਜ ਦਾ ਆਧਾਰ ਦੇ ਸਿਧਾਂਤ ਹਨ। ਪਹਿਲਾ, ਲੋਕਾਂ ਉੱਤੇ ਹਕੂਮਤ ਉਹਨਾਂ ਦੀ ਮਰਜ਼ੀ ਨਾਲ ਕੀਤੀ ਜਾਵੇ, ਅਤੇ ਦੂਜਾ, ਉਸ ਹਕੂਮਤ ਦਾ ਮੰਤਵ ਉਹਨਾਂ ਦੀ ਆਪਣੀ ਭਲਾਈ ਤੇ ਲਾਭ ਹੋਵੇ। ਹਿੰਦੁਸਤਾਨ ਵਿੱਚ ਰਾਜ ਕਰਨ ਵਾਲੀ ਕੋਈ ਹਕੂਮਤ ਜਿਸ ਉੱਤੇ ਕਿ ਬ੍ਰਿਟਿਸ਼ ਪਾਰਲੀਮੈਂਟ ਦਾ ਸਿੱਧਾ ਟੇਢਾ ਅਧਿਕਾਰ ਹੋਵੇ ਅਤੇ ਇਉਂ ਉਸ ਜਿਸ ਦੀ ਅੰਤਮ ਜ਼ਿੰਮੇਵਾਰੀ ਬ੍ਰਿਟਿਸ਼ ਪਾਰਲੀਮੈਂਟ ਅਤੇ ਅੰਗਰੇਜ਼ ਜਾਤੀ ਉੱਤੇ ਆਉਂਦੀ ਹੋਵੇ, ਇਹਨਾਂ ਦੋਹਾਂ ਸਿਧਾਂਤਾਂ ਦਾ ਤਿਆਗ ਜਾਂ ਖੰਡਨ ਪ੍ਰਤੱਖ ਰੂਪ ਵਿੱਚ ਨਹੀਂ ਕਰ ਸਕਦੀ ਸੀ। ਸਵਰਾਜ ਦਾ ਜੋ ਬੂਟਾ ਸੰਨ 1947 ਵਿੱਚ ਫਲੀਭੂਤ ਹੋਇਆ, ਉਸਦਾ ਬੀਜ ਰੂਪ ਇਹ ਇਤਿਹਾਸਕ ਤੇ ਸਿਧਾਂਤਕ ਪਿਛੋਕੜ ਹੀ ਹੈ। ਸੰਨ 1803 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਦਾ 20 ਸਾਲਾ ਚਾਰਟਰ ਮੁੱਕਿਆ ਤਾਂ ਇਸ ਨੂੰ ਪੁਨਰ ਜੀਵਿਤ ਕਰਨ ਦੀ ਲੋੜ ਪਈ। ਲਾਰਡ ਗ੍ਰੈਨਵਿਲ ਨੇ ਉਸ ਸਮੇਂ ਜਿਹੜਾ ਇੰਡੀਆ ਬਿੱਲ ਬ੍ਰਿਟਿਸ਼ ਪਾਰਲੀਮੈਂਟ ਵਿੱਚ ਪੇਸ਼ ਕੀਤਾ, ਉਸ ਦੀ ਪ੍ਰੋੜਤਾ ਸਮਰਥਨ ਵਿੱਚ ਜੋ ਭਾਸ਼ਣ ਉਸਨੇ ਦਿੱਤਾ ਉਸ ਵਿੱਚ ਕਿਹਾ, ਇਸ ਵਿਧਾਨ ਦਾ ਸ਼ਿਲਾ ਆਧਾਰ 3 ਮੁੱਖ ਮੰਤਵ ਹਨ। ਪਹਿਲਾ, ਇਹ ਕਿ ਸਾਡੇ ਹੱਕਾਂ ਦੀ ਰੱਖਿਆ ਅਤੇ ਅਧਿਕਾਰਾਂ ਦੀ ਵਰਤੋਂ ਦੀ ਹਿੰਦੁਸਤਾਨ ਵਿੱਚ ਨੀਂਹ ਇਹ ਹੈ ਕਿ ਉਸ ਦੀ ਸਾਮਰਾਜੀ ਪ੍ਰਭੂ ਸੱਤਾ ਤਾਜ ਬਰਤਾਨੀਆ ਹੈ। ਭਾਵੇਂ ਇਹ ਸੱਤਾ ਤਾਜ ਬਰਤਾਨੀਆ ਦੇ ਹੱਥ ਕਿਵੇਂ ਵੀ ਆਈ, ਸਾਡੇ ਲਈ ਇਸ ਦਾ ਤਿਆਗ ਕਰਨਾ ਹੁਣ ਅਸੰਭਵ ਹੈ। ਇਸ ਪ੍ਰਭੂ ਸੱਤਾ ਦੇ ਪ੍ਰਯੋਗ ਕਰਨ ਦੀ ਸਾਡੀ ਰੁਚੀ ਭਾਵੇਂ ਪ੍ਰਬਲ ਨਾ ਵੀ ਹੋਵੇ, ਸਾਡੇ ਲਈ ਇਸ ਨੂੰ ਸਵੀਕਾਰ ਕਰਨਾ ਅਵਸ਼ ਹੋ ਚੁੱਕਾ ਹੈ। ਦੂਜਾ ਮੰਤਵ, ਹਿੰਦੁਸਤਾਨੀਆਂ ਨੇ ਲਾਭਾਂ ਨੂੰ ਅੱਖੋਂ ਓਹਲੇ ਕਦਾਚਿਤ ਨਾ ਹੋਣ ਦੇਣਾ ਹੈ। ਅਤੇ ਤੀਜਾ, ਇੰਗਲੈਂਡ ਦੇ ਹਿੱਤਾਂ ਦਾ ਸਤਿਕਾਰ ਜੇ ਸ਼ੁੱਧ ਚੇਸਟਾ ਹੋਵੇ ਤਾਂ ਹਿੰਦੁਸਤਾਨੀਆਂ ਦੇ ਲਾਭਾਂ ਅਤੇ ਇੰਗਲੈਂਡ ਦੇ ਹਿੱਤਾਂ ਵਿੱਚ ਨਿਰੰਤਰ ਤਾਲਮੇਲ ਹੈ ਅਤੇ ਕੋਈ ਬੁਨਿਆਦੀ ਵਿਰੋਧ ਨਹੀਂ। ਇਹ ਉਹ ਸਮਾਂ ਹੈ ਜਦੋਂ ਕਿ ਸਿੱਖ ਰਾਜ ਵਾਲਾ ਭਾਗ ਹੀ ਕੇਵਲ ਸੁਤੰਤਰ ਰਹਿ ਗਿਆ ਸੀ, ਬਾਕੀ ਸਾਰਾ ਹਿੰਦੁਸਤਾਨ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਚੁੱਕਾ ਸੀ। ਸੰਨ 1913 ਈਸਵੀ ਵਿੱਚ ਮਾਰਕੁਈ ਹੈਸਟਿੰਗਸ ਹਿੰਦ ਦਾ ਗਵਰਨਰ ਜਨਰਲ ਨਿਯਤ ਹੋ ਕੇ ਪੁੱਜਾ ਅਤੇ ਹੈਸਟਿੰਗਸ ਦੇ ਸਿਰ ਇਸ ਗੱਲ ਦਾ ਸਿਹਰਾ ਵੱਜਦਾ ਹੈ ਕਿ ਉਸਨੇ ਪਹਿਲੀ ਵਾਰ ਸਪਸ਼ਟ ਸ਼ਬਦਾਂ ਵਿੱਚ ਇਹ ਵਿਚਾਰ ਪ੍ਰਗਟ ਕੀਤੇ ਕਿ ਇੱਕ ਦਿਨ ਅਜਿਹਾ ਆਏਗਾ ਜਦੋਂ ਕਿ ਅੰਗਰੇਜ਼ ਆਪਣੀ ਰਜ਼ਾਮੰਦੀ ਨਾਲ ਹਿੰਦੁਸਤਾਨ ਦੀ ਰਾਜਸੱਤਾ ਹਿੰਦੁਸਤਾਨੀਆਂ ਨੂੰ ਸੌਂਪ ਕੇ ਟੁਰ ਜਾਣਗੇ। ਆਪਣੀ ਨਿੱਜੀ ਡਾਇਰੀ ਵਿੱਚ ਉਸ ਲਿਖਿਆ 17 ਮਈ 1918 ਕਿ ਉਹ ਸਮਾਂ ਜਿਹੜਾ ਕਿ ਬਹੁਤ ਦੂਰ ਨਹੀਂ ਆਵੇਗਾ ਜਦਕਿ ਇੰਗਲੈਂਡ ਆਪਣੇ ਆਪ ਹੀ ਸ਼ੁਭ ਨੀਤੀ ਵਿਚਾਰ ਕੇ ਇਸ ਰਾਜਸੱਤਾ ਨੂੰ ਤਿਆਗ ਦੇਣ ਦਾ ਸੰਕਲਪ ਕਰੇਗਾ, ਜਿਹੜੀ ਕਿ ਅਸਾਂ ਧੀਰੇ ਧੀਰੇ ਪਰ ਬਿਨਾਂ ਗੰਭੀਰ ਵਿਚਾਰ ਦੇ ਗ੍ਰਹਿਣ ਕਰ ਲਈ ਹੈ ਅਤੇ ਜਿਸ ਨੂੰ ਝਟਪਟ ਤਿਲਾਂਜਲੀ ਦੇਣਾ ਇਸ ਵੇਲੇ ਸਾਡੇ ਲਈ ਅਸੰਭਵ ਬਣ ਚੁੱਕਾ ਹੈ। ਸੱਚੀ ਗੱਲ ਇਹੋ ਹੈ ਅਤੇ ਇਹ ਅੰਗਰੇਜ਼ਾਂ ਦੀ ਵਿਚਕਸ਼ਣ ਬੁੱਧੀ ਅਤੇ ਉੱਚ ਮਤੀ ਦੀ ਅਕੱਟ ਪ੍ਰੋੜਤਾ ਹੈ ਕਿ ਪਿਛਲੇ 150 ਵਰ੍ਹਿਆਂ ਦੇ ਲੰਮੇ ਸਮੇਂ ਵਿੱਚ ਕੱਟੜ ਤੋਂ ਕੱਟੜ ਸਾਮਰਾਜਵਾਦੀ ਅੰਗਰੇਜ਼ ਬੁੱਧੀਵਾਨ ਵੀ ਸਦਾ ਇਸ ਗੱਲ ਦੀ ਹਾਮੀ ਭਰਦੇ ਰਹੇ ਹਨ ਕਿ ਅੰਗਰੇਜ਼ਾਂ ਦਾ ਹਿੰਦੁਸਤਾਨ ਉੱਤੇ ਰਾਜਸੀ ਅਧਿਕਾਰ ਸੰਦੀਵ ਨਹੀਂ ਰਹੇਗਾ ਤੇ ਨਹੀਂ ਰਹਿਣਾ ਚਾਹੀਏ। ਮਤਭੇਦ ਕੇਵਲ ਇਸ ਗੱਲ ਉੱਤੇ ਰਿਹਾ
कि यह अधिकार हिंदुस्तानियों नूं सौंपण दा उचित समा केड़ा है। महाकवि रुडियर्ड किपलिंग 1865 तो 1936 अंग्रेजी सामराज दा जगत प्रसिद्ध नवी सी अते इस सामराज दी आत्मक प्रभुता दा पैगंबर। उसने अपनी एक जगत विख्यात कविता विच यह विचार प्रगट किते सन। ओ तक्को दूर दुराडे सागरा विच तरदे असाडे समुद्री बेड़े अलोप हो रहे हन। देश देशांतरा विच असाडे फौजी कंपुआ दियां अग्गां दियां लाटां बुझ रहियां हन। अते आ लो असाडी विभ्य प्रभावशाली सामराजी शक्ति एक भुली विसरी पौराणिक कथा बन गई है। सन 1923 दे लगभग एक अंग्रेज ICS ने गुमनाम रह के एक पुस्तक लंडन विच छपवाई सी। इस पुस्तक दी लोक प्रति युक्ति एहो सी कि अंग्रेजा कोलो हिंदुस्तान केवल इस गल्ले ही खुसन वाला है क्यों जो अंग्रेजा नू अपने आप उत्ते स्वै शब्दा ते आत्म विश्वास ही नहीं है। जे अंग्रेज यों ना मानदे कि उन्होंने हिंदुस्तान उत्ते कब्जा देवनेत नाल किता है अते अपनी धर्म कर्तव पूर्ति लई कुछ समा इत्थे हन अते स्पष्ट यों कहिंदे ते मानदे कि उन्होंने हिंदुस्तान शमशीर दे जोर नाल लिया है अते तलवार दे बल नाल ही इस नू अपने अधीन रखणगे ता हिंदुस्तान दे अंग्रेजा दे हत्थों चले जाण दी निश्चित संभावना कदाचित ना हुंदी। सन 1857 दे गदर दे पिछों अंग्रेजी पार्लियामेंट अथवा ताज बरतानिया ने हिंदुस्तान दे राजकार दी वागडोर सिद्धि अपने हत्थां विच संभाल ली अते जो शाही विज्ञापन उस समय महाराणी विक्टोरिया वलों जारी होया उस विच एह शब्द सन, हिंदुस्तानिया दी खुशहाली विच असाडी शक्ति, उना दी तसल्ली विच असाडी रख्या अते उना दी कीर्त गयाता विच असाडा सर्वोत्तम इवजाना है। सन 1861 विच इंडियन कौंसल एक्ट पास होया जिस द्वारा हिंदुस्तानिया नूं स्थानक पद्धर उत्ते राज प्रबंध चलाउण दे अधिकार दित्ते गए। सन 1866 विच कुछ हिंदुस्तानिया अते शुभ चिंतक अंग्रेजा ने एक सांझी संस्था ईस्ट इंडियन एसोसीएशन लंडन विच बनाई जिस दा कि मुख मंतव हिंदुस्तानिया दे हक विच प्रचार करना अते उना दे विरुद्ध प्रचलित गलत फहमियां नूं दूर करना सी। सन 1884 विच कलकत्ते विच नैशनल लीग बनी अते उसे साल मद्रास विच महाजन सभा अते बंबे प्रेजिडेंसी एसोसीएशन कायम होईया जिन्हां दा उद्देश की हिंदुस्तानिया नूं उना दे अपने देश दे राज प्रबंध विच वध तों वध भाग मिलन दा प्रचार करना सी। 27 दिसंबर 1885 नूं लगभग 70-80 हिंदुस्तानी हिंदुस्तान दे वख-वख भागा ते जातियां दे प्रतिनिधा दे रूप विच बंबई इकट्ठे होए अते उना ने इंडियन नैशनल कांग्रेस दी नींह रखी। एहो नैशनल कांग्रेस है जिसने कि सन 1947 तों लैके अज तक दो तिहाई तों वध हिंदुस्तान दी हकूमत संभाली होई है। बाकी एक तिहाई हिंदुस्तान किवें मुस्लिम लीग दे पेटे पिया अते कम्यूनल अवार्ड किवें इस मुल्की वंडारे दा सहायक बनिया एहो साडे इस निबंध दा असली विशा है। इंडियन नैशनल कांग्रेस दा तीजा वार्षिक समागम जद मद्रास विच होया ता उस विच बदरुद्दीन तियबजी दी अगवाई विच मुसलमान भी शामिल सन। कांग्रेस दे इस जलसे विच कुछ अजिहियां गल्लां कहियां गईयां जो अयोग ता नहीं कहियां जा सकदियां पर जिन्हां दा अंतरीव भाव एहो निकलदा सी कि मुख निशाना कांग्रेस दा हिंदुस्तान दी हकूमत अते राज भाग नूं एक अजेही हिंदुस्तानी पार्लियामेंट दे अधिकारां हेठ लै आउणा सी जिस दी वागडोर की बहुगिणती दे हथ विच होवे। मुसलमाना दी दूरदर्शी अख अते तीखन बुद्धि ने यह झटपट भांप लिया कि अजेहे राज परिवर्तन दी बाहरली रूप रेखा भावें कितनी आधुनिक अते आबापुरत क्यों ना होवे वास्तव विच यह हिंदू राज ही होवेगा। यह विचार के इंडियन नैशनल कांग्रेस की सर्वागी नुमाइंदगी की काट करन लई मुसलमाना ने थां थां अंजुमना कायम कर लिया जिन्हां विचों की सिरकड यूनाइटेड इंडिया पेट्राइटिक एसोसीएशन अथवा संयुक्त भारतीय देश भगत सभा सी जिस दे सैक्रेटरी प्रसिद्ध देश भगत मुस्लिम नेता सर सैयद अहमद सन।
ਸਰ ਸੈਯਦ ਅਹਿਮਦ ਦੀ ਮਹਾਨ ਸ਼ਖਸੀਅਤ, ਉਹਨਾਂ ਦਾ ਦੇਸ਼ ਭਗਤੀ, ਲੀਨ ਚਰਿੱਤਰ ਅਤੇ ਇਸ ਸੰਸਥਾ ਦਾ ਨਾਮ ਇਹ ਸਿੱਧ ਕਰਦੇ ਹਨ ਕਿ ਮੁਸਲਮਾਨਾਂ ਦਾ ਇਰਾਦਾ ਨਾ ਤਾਂ ਹਿੰਦੂਆਂ ਨਾਲੋਂ ਵੱਖਰੇ ਹੋਣਾ ਸੀ ਅਤੇ ਨਾ ਹੀ ਦੇਸ਼ ਦਾ ਵੰਡਾਰਾ। ਉਹਨਾਂ ਦੀ ਹੱਕੀ ਤੇ ਤੀਬਰ ਇੱਛਾ ਕੇਵਲ ਇਤਨੀ ਹੀ ਸੀ ਕਿ ਜਦੋਂ ਕੌਮੀ ਰਾਜ ਸਥਾਪਿਤ ਹੋਵੇ ਤਾਂ ਇਸ ਦੇ ਪਰਦੇ ਹੇਠ ਘੱਟ ਗਿਣਤੀ ਫਿਰਕਿਆਂ ਲਈ ਗੱਲ ਘੋਟੂ ਹਿੰਦੂ ਗਲਬਾ ਸਥਾਪਿਤ ਨਾ ਕਰ ਦਿੱਤਾ ਜਾਵੇ। ਕਮਿਊਨਲ ਅਵਾਰਡ ਦਾ ਅਸਲੀ ਤਾਤਪਰਜ ਵੀ ਇਹੋ ਤਸੱਲੀ ਦੇਣਾ ਸੀ ਅਤੇ ਦੇਸ਼ ਦਾ ਵੰਡਾਰਾ ਵੀ ਤਾਂ ਹੀ ਹੋਇਆ ਜਦੋਂ ਕਿ ਇੰਡੀਅਨ ਨੈਸ਼ਨਲ ਕਾਂਗਰਸ ਇਹ ਤਸੱਲੀ ਦੇਣ ਵਿੱਚ ਅਸਮਰਥ ਰਹੀ। ਇੱਕ ਜ਼ਰੂਰੀ ਨੋਟ, ਮਹਾਂਕਵੀ ਅਤੇ ਨਿਤੱਗਯ ਸਰ ਮੁਹੰਮਦ ਇਕਬਾਲ ਦਾ ਇਸ ਸਮੱਸਿਆ ਬਾਰੇ ਪੁਖਤਾ ਵਿਚਾਰ ਇਹੋ ਸੀ ਕਿ ਹਿੰਦੂ ਜਿਸ ਵੇਲੇ ਸਾਂਝੀਆਂ ਚੋਣਾਂ, ਇੱਕ ਪ੍ਰਾਣੀ ਇੱਕ ਵੋਟ, ਅਫਿਰਕੂ ਰਾਜ ਤੇ ਸਾਂਝੇ ਸਵਰਾਜ ਦੀ ਦੁਹਾਈ ਦਿੰਦੇ ਹਨ, ਮਨ ਵਿੱਚ ਉਹਨਾਂ ਦੇ ਇਹੋ ਕੁਟਲ ਨੀਤੀ ਹੈ ਕਿ ਜਿਵੇਂ ਕਿਵੇਂ ਗੈਰ ਹਿੰਦੂਆਂ ਨੂੰ ਅਵੇਸਲਾ ਕਰਕੇ ਫਰੰਗੀ ਹੱਥੋਂ ਰਾਜ ਸੱਤਾ ਲੈ ਲਈ ਜਾਵੇ ਤੇ ਫੇਰ ਆਪੂ ਰਾਜ ਭਾਗ ਸੰਭਾਲ ਲਿਆ ਜਾਵੇ। ਹਿੰਦੂ ਆਪਣੇ ਸਵਾਰਥ ਨੂੰ ਤਿੰਨ ਕਾਲ ਅੱਖੋਂ ਓਲੇ ਨਹੀਂ ਕਰਦਾ ਅਤੇ ਨਾ ਹੀ ਆਪਣੇ ਦਿਲ ਦਾ ਭੇਤ ਕਿਸੇ ਕੋਲ ਖੋਲਦਾ ਹੈ। ਮੈਨੂੰ ਕਹਿੰਦਾ ਹੈ ਕਿ ਮੁਸਲਮਾਨੀ ਦਾ ਚਿੰਨ੍ਹ ਤਸਬੀ ਸੁੱਟ ਦੇ, ਪਰ ਆਪ ਆਪਣਾ ਜਨੇਊ ਮੋਢੇ ਉੱਤੇ ਪਾਈ ਫਿਰਦਾ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੇ ਵਾਰਸ਼ਿਕ ਸਮਾਗਮਾਂ ਵਿੱਚ ਮੁਸਲਮਾਨ ਡੈਲੀਗੇਟ ਘੱਟਦੇ ਘੱਟਦੇ 700 ਤੋਂ 17 ਰਹਿ ਗਏ ਅਤੇ ਸੰਨ 1906 ਵਿੱਚ ਮੁਸਲਮਾਨ ਲੀਡਰਾਂ ਨੇ ਆਪਣੇ ਹੱਕ ਸੁਰੱਖਿਅਤ ਕਰਨ ਹਿੱਤ ਆਲ ਇੰਡੀਆ ਮੁਸਲਿਮ ਲੀਗ ਦੀ ਨੀਂਹ ਰੱਖ ਦਿੱਤੀ। ਇਹੋ ਸਮਾਂ ਹੈ ਜਦੋਂ ਕਿ ਦੇਸ਼ ਭਰ ਦੇ ਹਿੰਦੂਆਂ ਵਿੱਚ ਇੱਕ ਨਵਾਂ ਆਤਮ ਅਭਿਮਾਨ ਜਾਗਰਿਤ ਹੋ ਰਿਹਾ ਸੀ, ਸਵੈ ਜਾਤੀ ਅਭਿਮਾਨ, ਸਵੈ ਧਰਮ ਅਭਿਮਾਨ। ਮੁਸਲਮਾਨਾਂ ਵਿੱਚ ਇਸ ਦਾ ਪ੍ਰਤੀਕਰਮ ਇੱਕ ਅਜਿਹੀ ਕੁਦਰਤੀ ਘਟਨਾ ਸੀ ਕਿ ਹੈਰਾਨੀ ਇਹ ਨਹੀਂ ਕਿ ਮੁਸਲਮਾਨਾਂ ਵਿੱਚ ਆਪਣੀ ਕੌਮ, ਆਪਣੇ ਮਜ਼ਹਬ ਅਤੇ ਆਪਣੀ ਸ਼ਾਨਦਾਰ ਤਾਰੀਖ ਦਾ ਅਹਿਸਾਸ ਇਸ ਸਮੇਂ ਕਿਉਂ ਉਤਪੰਨ ਹੋਇਆ। ਸਗੋਂ ਅਚੰਬਾ ਇਹ ਹੈ ਕਿ ਇਸ ਮੁਸਲਿਮ ਜਾਗ੍ਰਿਤੀ ਨੂੰ ਇੱਕ ਓਪਰਾ ਜਜ਼ਬਾ ਤੇ ਅੰਗਰੇਜ਼ ਸਾਮਰਾਜੀਆਂ ਦੀ ਪੈਦਾ ਕੀਤੀ ਹੋਈ ਮਨਸੂਈ ਮਨੋਬਿਰਤੀ ਹਿੰਦੂਆਂ ਦੇ ਵੱਡੇ ਵੱਡੇ ਚਤੁਰ ਤੇ ਬੁੱਧੀਮਾਨ ਸਿਆਣਿਆਂ ਨੇ ਸਮਝੀ ਤੇ ਇਉਂ ਸਮਝ ਕੇ ਇਸ ਨਾਲ ਪ੍ਰੇਮਾ ਭਾਵ ਸਹਿਯੋਗ ਕਰਨ ਦੀ ਬਜਾਏ ਇਸ ਨੂੰ ਇੱਕ ਲਾਂਭੇ ਕਰਨ ਜਾਂ ਚਲਾਕ ਨੀਤੀ ਨਾਲ ਇਸ ਨੂੰ ਪਰਾਜੇ ਕਰਨ ਵਿੱਚ ਅੱਧੀ ਸਦੀ ਦਾ ਸਮਾਂ ਬਤੀਤ ਕਰ ਦਿੱਤਾ। ਜਿਸ ਅਲਪ ਬੁੱਧੀ ਅਤੇ ਕੁਚੇਸ਼ਟਾ ਦਾ ਸਿੱਟਾ ਮੁਲਕ ਦਾ ਵੰਡਾਰਾ, 10 ਲੱਖ ਹਿੰਦੂ ਮੁਸਲਮਾਨਾਂ ਅਤੇ ਸਿੱਖਾਂ ਦਾ ਖੂਨ, 1 ਲੱਖ ਦੇ ਲਗਭਗ ਅਬਲਾਂ ਇਸਤਰੀਆਂ ਦੀਆਂ ਬੇਪੱਤੀ ਅਤੇ 50,000 ਦੇ ਕਰੀਬ ਕੁਮਾਰੀਆਂ ਦਾ ਧਰਮ ਪਤਨ ਤੇ ਸੱਤ ਭੰਗ ਨਿਕਲਿਆ, ਜਿਸ ਮਹਾਨ ਉਤਪਾਤ ਨੂੰ ਅਸਲੀ ਦੋਸ਼ੀਆਂ ਨੇ ਅੰਦਾਜ਼ੇ ਕਾ ਗਲਤੀ ਹੋ ਗਿਆ ਕਹਿ ਕੇ ਹੀ ਟਾਲ ਦਿੱਤਾ। ਹੁਣ ਤੱਕ ਅਸੀਂ ਇਸ ਕਿਤਾਬ ਦੇ 66 ਪੰਨੇ ਪੜ੍ਹ ਚੁੱਕੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।